ਤਾਂ ਪ੍ਰੀਤਮ ਦੀ ਕਿਤਾਬਾਂ ਜਿਹੜੀਆਂ ਹੁੰਦੀਆਂ ਸੀ ਮੈਂ ਸਿਰਾਣੇ ਹੇਠ ਰੱਖਣੀ ਆ, ਵਧੀਆ ਜਿਹਾ ਤੌਲੀਆ ਵਿਛਾਉਣਾ, ਚੋਰੀ ਕੱਢਣ ਬੀਜੀ ਤੋਂ ਜਿਹੜਾ ਸਭ ਤੋਂ ਸੋਹਣਾ ਲੱਗਣਾ ਉਹ ਹੈਂਡ ਟਾਵਲ ਕੱਢਣਾ ਹੇਠਾਂ ਵਿਛਾਉਣਾ ਸਿਰਾਣੇ ਦੇ, ਉੱਤੇ ਕਿਤਾਬਾਂ ਰੱਖਣੀਆਂ, ਉੱਤੇ ਫਿਰ ਸਿਰਫ ਉਹ ਟਾਵਲ ਵਿਛਾ ਦੇਣਾ, ਸਿਰਾਣਾ ਰੱਖਣਾ। ਇਹ ਸੋਚੋ ਵੀ ਐਂ ਹੋ ਸਕਦਾ ਵੀ ਅੰਮ੍ਰਿਤਾ ਦੀ ਸ਼ਾਇਰੀ ਸੈਲ ਮੇਰੇ ਅੰਦਰ ਚਲੀ ਜੂਗੀ। ਟਰੇ 'ਚ ਚਾਹ ਲੈ ਕੇ ਆ ਰਿਹਾ, ਕਹਿੰਦਾ ਸ਼ਾਇਰਾ ਜਿਹੜੇ ਵੀ ਲੇਖਕ ਸ਼ਾਇਰ ਅਕਸਰ ਪੰਜਾਬ ਤੋਂ ਆਇਆ ਕਰ ਸੀ ਦੱਸਿਆ ਕਰਦੇ ਸੀ, ਮੋਹਨ ਸਿੰਘ ਇੱਕ ਛੋਟੀ ਜਿਹੀ ਖੂਬਸੂਰਤ ਕੁੜੀ ਇੰਦਰਾ ਨੂੰ ਇਸ਼ਕ ਕਰਦਾ, ਨਾਲੇ ਪੁੱਤਰ ਤੇਰਾ ਨਾਂ ਸੀ ਮੋਹਨ ਸਿੰਘ ਦਾ ਰੱਖਿਆ ਹੋਇਆ। ਇੱਕ ਚੜ੍ਹੇ ਮੇਰੇ ਇੱਕ ਲਹੇ ਇੱਕ ਚੜ੍ਹੇ ਅੰਮ੍ਰਿਤਾ ਦੇ ਸਾਹਮਣੇ ਬੈਠੀ ਹਨ, ਕੀ ਕਰਾਂ। ਅੰਮ੍ਰਿਤਾ ਇੱਕ ਜਿਉਂ ਦੀ ਲੀਜੈਂਡਰੀ ਪੋਇਟ ਸੀ, ਮੋਹਨ ਸਿੰਘ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਲੀਜੈਂਡਰੀ ਪੋਇਟ ਸੀ, ਪਰ ਉਹ ਪੁਰਾਣਾ ਲੁਧਿਆਣਾ ਜਿਹੜਾ ਉਹ ਸਾਰਾ ਪੈਰੀਂ ਤੁਰ ਕੇ ਮੈਂ ਪ੍ਰੈਸਟਰ ਮੋਹਨ ਸਿੰਘ ਨਾਲ ਦੇਖਿਆ। ਪ੍ਰੈਸਟਰ ਮੋਹਨ ਸਿੰਘ ਪਾਤਰ ਨੂੰ ਜਗਰਾਵਾਂ ਦੇ ਛੋਟੇ ਜਿਹੇ ਕਾਲਜ ਵਿੱਚੋਂ ਲੈ ਕੇ ਆਏ ਜੀ, ਕਹਿੰਦੇ ਮੁੰਡਾ ਅੱਛਾ ਏ, ਅੱਛੀ ਕਵਿਤਾ ਗਜ਼ਲ ਲਿਖਦਾ ਏ, ਕਵਿਤਾ ਅੱਛੀ ਲਿਖਦਾ। ਸੋ ਉਹਨੂੰ ਰੰਧਾਵਾ ਸਾਹਿਬ ਨੂੰ ਕਹਿ ਕੇ ਇਹ ਵੱਡੀ ਦੇਣ ਹੈ, ਪਾਤਰ ਨੂੰ ਐਜ਼ ਰਿਸਰਚ ਅਸਿਸਟੈਂਟ ਲੈ ਕੇ ਆਏ ਸੀ। ਪਿਆਰ ਦੀਆਂ ਕਵਿਤਾਵਾਂ ਜਾਂ ਕਹਿ ਲਈਏ ਅੰਮ੍ਰਿਤਾ ਪ੍ਰੀਤਮ ਨੂੰ ਪੜ੍ਹਦੇ ਪੜ੍ਹਦੇ ਮਨਜੀਤ ਇੰਦਰਾ ਕਦੋਂ ਇੰਨੇ ਬੇਬਾਕ ਹੋ ਜਾਂਦੇ ਨੇ, ਕਦੋਂ ਲੱਗਦਾ ਹੈ ਕਿ ਮਤਲਬ, ਕਿਉਂਕਿ ਮਨਜੀਤ ਇੰਦਰਾ ਦਾ ਜਦੋਂ ਨਾਮ ਸੁਣਦੇ ਹਾਂ ਤਾਂ ਕਹਿੰਦੇ ਬੜੇ ਬੇਬਾਕ ਲੇਖਕ ਨੇ। ਮੈਂ ਆਪਣੇ ਪਾਪਾ ਨੂੰ ਸਵਾਲ ਕੀਤਾ ਕਿ ਪਾਪਾ ਮੰਨ ਲਓ ਮੂਲ ਧਨ 100 ਹੁੰਦਾ ਤੇ ਮਹਿਬੂਬ ਇੱਕ ਹੋ ਸਕਦਾ। ਉਹਨਾਂ ਨੇ ਲਿਖਿਆ ਸੀ ਡਿਸਕ੍ਰਾਈਬ ਪੈਟਲ ਐਂਡ ਸਟੈਮ, ਪਤਾ ਨਹੀਂ ਕੀ ਉਹ ਦਿਮਾਗ 'ਚ ਆਇਆ, ਉਹ ਪੈਟਲਸ ਦੇ ਉੱਤੇ ਮੈਂ ਕਵਿਤਾ ਲਿਖਤੀ। ਪੰਜਾਬੀ ਆਉਂਦੀ ਨਹੀਂ ਜੀ, ਕੀ ਕਰੀਏ। ਉਹਨਾਂ ਨੇ ਮੇਰੇ ਹੱਥ 'ਚ ਟਰੰਕੀ ਜੀ ਫੜੀ ਹੋਈ, ਉਹਦੇ 'ਚ ਕਿਤਾਬਾਂ ਪਾਈਆਂ ਹੋਈਆਂ, ਫਰੋਕ ਪਾਈ ਹੋਈ, ਬੀਜੀ ਨੇ ਹੇਠਾਂ ਉਹ ਗਰਾਰਾ ਗਰੂਰਾ ਜਿਹਾ ਸੀ ਕੇ ਪਾਇਆ ਹੋਇਆ, ਦੋ ਗੁੱਤਾਂ ਮੈਂ ਕੀਤੀਆਂ। ਉਹ ਮੈਨੂੰ ਕਹਿੰਦੇ ਵੀ ਆ ਵਿਆਹ ਆਈ ਹੈ। ਕਈ ਵਾਰ ਕੁਝ ਸ਼ਖਸੀਅਤਾਂ ਜਾਣ ਪਹਿਚਾਣ ਦੀਆਂ ਮੁਹਤਾਜ ਨਹੀਂ ਹੁੰਦੀਆਂ, ਕਿਉਂਕਿ ਦੁਨੀਆਂ ਦੇ ਵਿੱਚ ਵਿਚਰਦਿਆਂ ਲੋਕ ਉਹਨਾਂ ਨੂੰ ਉਹਨਾਂ ਦੇ ਨਾਂ ਤੋਂ ਹੀ ਅਜਿਹੀ ਪਛਾਣ ਜਿਹੜੀ ਉਹ ਆਪਣੀ ਬਣਾ ਲੈਂਦੇ ਨੇ ਕਿ ਅਲੱਗ ਤੋਂ ਕੁਛ ਵੀ ਦੱਸਣ ਦੀ ਲੋੜ ਨਹੀਂ ਪੈਂਦੀ। ਸੋ ਅਜਿਹਾ ਹੀ ਇੱਕ ਮਹਿਮਾਨ ਅੱਜ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਮਾਈ ਪੰਜਾਬੀ ਟੀਵੀ ਦੇ ਨਾਲ, ਪ੍ਰੋਗਰਾਮ ਸਲਾਮੇ ਜ਼ਿੰਦਗੀ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਲੱਗ ਅਲੱਗ ਮਹਿਮਾਨਾਂ ਦੇ ਰੂਬਰੂ ਕਰਵਾਉਂਦੇ ਹਾਂ ਤੁਹਾਨੂੰ, ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਕਿੱਸੇ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦੇ ਹਾਂ। ਅਜੇ ਹੀ ਅੱਜ ਇੱਕ ਮਹਿਮਾਨ ਦੇ ਨਾਲ ਮਿਲਵਾਵਾਂਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਤਾਂ ਕੀਤਾ ਹੈ ਪਰ ਪਹਿਚਾਣ ਇੱਕ ਐਸੀ ਬਣਾਈ ਹੈ ਜੋ ਆਪ ਤੁਹਾਨੂੰ ਦੱਸਣਗੇ। ਸੋ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਅੱਜ ਸਾਡੇ ਨਾਲ ਮੌਜੂਦ ਨੇ ਮਨਜੀਤ ਇੰਦਰਾ ਮੈਮ, ਗੱਲਬਾਤ ਕਰਾਂਗੇ ਕਿੱਦਾਂ ਦਾ ਸਫ਼ਰ ਰਿਹਾ, ਕਿਸ ਤਰ੍ਹਾਂ ਦੀ ਜ਼ਿੰਦਗੀ, ਕੀ ਹਾਲ ਚਾਲ ਮੈਮ? ਬਹੁਤ ਵਧੀਆ। ਕਿਵੇਂ ਚੱਲ ਰਹੀ ਹੈ ਜ਼ਿੰਦਗੀ? ਬਹੁਤ ਵਧੀਆ। ਫਿਲਹਾਲ ਪਿੱਛੇ ਬਿਮਾਰ ਸੀਗੇ, ਹੁਣ ਠੀਕ ਠਾਕ ਸੀ? ਠੀਕ ਹੈ ਤੁਹਾਡੀ? ਹਾਂ, ਆਉਣੀ ਜਾਣਾ, ਬਿਮਾਰ ਤਾਂ ਹੋਣਾ, ਆਉਣਾ ਜਾਣਾ ਕੋਈ ਗੱਲ ਨਹੀਂ। ਹਾਂਜੀ, ਮੈਂ ਹੁਣ ਠੀਕ ਹਾਂ। ਚਲ, ਬੰਦੇ ਨੂੰ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ। ਬਿਲਕੁਲ, ਅਤੇ ਬੰਦਾ ਠੀਕ ਹੈ।
ਮਨਜੀਤ ਇੰਦਰਾ ਨਾਮ ਹੀ ਆਪਣੇ ਆਪ 'ਚ ਬਹੁਤ ਚੜ੍ਹਦੀ ਕਲਾ ਵਾਲਾ। ਇਹ ਮੇਰੇ ਪਿਤਾ ਦਾ ਦਿੱਤਾ ਹੋਇਆ ਨਾਂ ਹੈ ਜੀ, ਕਿਉਂਕਿ ਇਹ ਭੁਲੇਖਾ ਨਹੀਂ ਪੈਣਾ ਚਾਹੀਦਾ ਵੀ ਮੈਂ ਇੰਦਰਾ ਗਾਂਧੀ ਕਰਕੇ ਰੱਖਿਆ। ਬਿਲਕੁਲ। ਜਦ ਮੇਰਾ ਨਾਂ ਮੇਰੇ ਪਾਪਾ ਨੇ ਇਹ ਰੱਖਿਆ ਸੀਗਾ, ਮੈਂ ਇਹਦੀ ਕਹਾਣੀ ਵੀ ਸੁਣਾ ਦੂੰਗੀ। ਬਿਲਕੁਲ। ਉਦੋਂ ਸ਼ਾਇਦ ਇੰਦਰਾ ਗਾਂਧੀ ਨੂੰ ਇਹ ਪਤਾ ਨਹੀਂ ਹੋਣਾ ਕਿ ਉਹ ਦੇਸ਼ ਦੀ ਕਦੀ ਪ੍ਰਧਾਨ ਮੰਤਰੀ ਵੀ ਬਣੂਗੀ। ਹਾਂਜੀ। ਮੇਰੇ ਜਦੋਂ ਮੈਂ ਪੈਦਾ ਹੋਈ ਹਾਂ, ਹਾਂਜੀ, ਤੋ ਮੇਰੀ ਮਦਰ ਤੋਂ ਬਾਅਦ ਆਪਣੇ ਘਰ 'ਚ ਮੈਂ ਨਾਨਕੇ ਘਰ 'ਚ ਬੱਚਾ ਪਹਿਲਾ ਸੀਗਾ ਜੀ। ਤੋ ਇਸ ਤੋਂ ਪਹਿਲਾਂ ਮੈਂ ਆਪਣੇ ਪੇਰੈਂਟਸ ਬਾਰੇ ਵੀ ਥੋੜ੍ਹਾ ਜਿਹਾ ਦੱਸਦਾ ਕਿ ਮੇਰੇ ਇੱਕ ਬਹੁਤ ਪੜ੍ਹੇ ਲਿਖੇ ਪਰਿਵਾਰ ਦੀ ਕੁੜੀ ਹਾਂ। ਬਿਲਕੁਲ। ਦਾਦੇ ਦਾਦਾ ਦਾ ਤੋਂ ਲੈ ਕੇ ਨਾਨਿਆਂ ਤੋਂ ਲੈ ਕੇ ਮਾਮਿਆਂ ਤੱਕ ਹਾਈਲੀ ਕੁਆਲੀਫਾਈਡ ਬੰਦੇ ਸੀਗੇ। ਬਿਲਕੁਲ। ਮੇਰੇ ਫਾਦਰ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਰਿਟਾਇਰ ਹੋਏ, ਟੀਚਰ ਰਹੇ, ਮੈਂ ਉਹਨਾਂ ਦੀ ਸਟੂਡੈਂਟ ਵੀ ਹਾਂ, ਮੈਂ ਫਿਰ ਉਹਨਾਂ ਦੀ ਸਬੋਰਡੀਨੇਟ ਵੀ ਬਣੀ ਜੀ, ਕਲੀਗ, ਅਤੇ ਉਹਨਾਂ ਕੋਲੋਂ ਮੈਂ ਮਤਲਬ ਮੇਰਾ ਉਹ ਮੇਰਾ ਫਾਦਰ ਮੇਰਾ ਸਭ ਤੋਂ ਵਧੀਆ ਦੋਸਤ ਸੀ। ਬਿਲਕੁਲ। ਹਰ ਇੰਟਰਵਿਊ ਦੇ ਵਿੱਚ ਸੁਣੀਦਾ ਤੁਸੀਂ ਆਪਣੇ ਫਾਦਰ ਦਾ ਜ਼ਿਕਰ ਬਹੁਤ ਕਰਦੇ ਹੋ, ਹਮੇਸ਼ਾ ਤੁਸੀਂ ਹਰ ਇੰਟਰਵਿਊ ਦੇ ਵਿੱਚ ਵੀ ਦੱਸਦੇ ਹੁੰਦੇ ਹੋ ਕਿ ਤੁਹਾਡੇ ਬੜੇ ਮਤਲਬ ਸਭ ਤੋਂ ਨਜ਼ਦੀਕ ਜੇ ਕੋਈ ਰਿਹਾ ਤਾਂ ਤੁਹਾਡੇ ਫਾਦਰ ਰਹੇ, ਮੇਰੇ ਪਾਪਾ, ਬਹੁਤ ਚੰਗੇ ਦੋਸਤ। ਬਹੁਤ ਅੱਛੇ। ਮਨਜੀਤ ਇੰਦਰਾ ਨਾਮ ਕਿਸ ਤਰ੍ਹਾਂ ਪਿਆ? ਮੈਂ ਜ਼ਰੂਰ ਮੈਂ ਦੱਸਦੀ ਹਾਂ, ਮੈਂ ਇੱਥੇ ਹੀ ਆਉਣਾ ਸੀ ਕਿ ਜਦੋਂ ਮੈਂ ਪੈਦਾ ਹੋਈ ਤਾਂ ਨੈਚੁਰਲੀ ਨਾਂ ਤਾਂ ਕੋਈ ਰੱਖਣਾ ਸੀਗਾ ਨਾ, ਅਤੇ ਉਹਨਾਂ ਨੇ ਵੈਸੇ ਜਿਵੇਂ ਲੋਕ ਨਾਂ ਰੱਖਦੇ ਆ ਰੱਖੀ ਗਏ ਰੱਖ ਲਏ ਨਿੱਕੇ ਨਿੱਕੇ ਨਾਂ ਜੇ। ਜਦੋਂ ਗੁਰੂ ਗ੍ਰੰਥ ਸਾਹਿਬ ਤੋਂ, ਨਾਨਾ ਜੀ ਮੇਰੇ ਬਹੁਤ ਰਿਲੀਜੀਅਸ ਹੈ, ਮੈਂ ਵੀ ਦੱਸਦਾ, ਮੇਰੀ ਨਾਨਾ ਜੀ ਮੇਰੇ ਨਾਨਕਾ ਪਰਿਵਾਰ ਬਹੁਤ ਰਿਲੀਜੀਅਸ ਸੀ, ਦਾਦਕਾ ਵੀ ਸੀ, ਲੇਕਿਨ ਮੇਰੀ ਮੰਮੀ ਮੇਰੇ ਮਦਰ ਬਹੁਤ ਰਿਲੀਜੀਅਸ ਸੀਗੇ, ਲੇਕਿਨ ਮੇਰੇ ਫਾਦਰ ਕਾਮਰੇਡ ਸੀ। ਅੱਛਾ ਜੀ। ਜਗਜੀਤ ਆਨੰਦ ਦੇ ਕਲਾਸ ਫੈਲੋ ਸੀ, ਨਵਤੇਜ ਪ੍ਰੀਤਲੜੀ ਵਾਲੇ ਮਿੱਤਰ ਸੀਗੇ, ਆਪਣੇ ਜਿੰਨੇ ਵੀ ਕਾਮਰੇਡ ਵੱਡੇ ਹੋਏ ਨੇ ਉਹ ਮੇਰੇ ਪਾਪਾ ਦੇ ਮਿੱਤਰ ਰਹੇ। ਤੋ ਮੈਂ ਦੋ ਵਿਰੋਧੀ ਧਿਰਾਂ ਦੀ ਪੈਦਾਵਾਰ ਹਾਂ। ਜਦੋਂ ਮੇਰਾ ਨਾਂ ਰੱਖਿਆ ਤੇ ਮੰਮਾ ਸ਼ਬਦ ਨਿਕਲਿਆ ਗੁਰੂ ਗ੍ਰੰਥ ਸਾਹਿਬ ਚੋਂ, ਤੋ ਮੇਰੀ ਬੀਜੀ ਦਾ ਨਾਂ ਸੀਗਾ ਨਰਿੰਜਣ ਕੌਰ, ਤਾਂ ਮੇਰੇ ਨਾਨਾ ਜੀ ਨੇ ਮੇਰਾ ਨਾਂ ਰੱਖਤਾ ਮਨੋਰੰਜਨ ਕੌਰ। ਅੱਛਾ। ਤੋ ਜਦੋਂ ਮੇਰੇ ਫਾਦਰ ਆਏ ਤੇ ਕਹਿੰਦੇ ਕਲਸੀ ਤੁਹਾਡੀ ਧੀ ਦਾ ਨਾਂ ਰੱਖਤਾ, ਕੀ ਰੱਖਿਆ? ਮਨੋਰੰਜਨ। ਕਹਿੰਦੇ ਗੁਨਾਹ ਇਹ, ਬੰਦ ਕਰੋ। ਮਹਿੰਦਰ ਕੌਰ, ਮਹਿੰਦਰ ਕੌਰ, ਮਨਿੰਦਰ ਕੌਰ ਬੜੇ ਨਾਂ ਰੱਖੇ, ਉਹ ਮੇਰੇ ਫਾਦਰ ਨੂੰ ਪਸੰਦ ਨਹੀਂ ਆਏ। ਉਹਨੀ ਦਿਨ ਹੀ ਮੇਰੇ ਪਾਪਾ ਸਾਇੰਸ ਮਾਸਟਰ ਹੁੰਦੇ ਸੀ ਅਤੇ ਉਹਨਾਂ ਦੀ ਟ੍ਰਾਂਸਫਰ ਹੋ ਗਈ ਫਰੀਦਕੋਟ, ਕੋਟਕਪੂਰੇ, ਅਤੇ ਕੋਟਕਪੂਰੇ ਦੇ ਸਕੂਲ ਦਾ ਨਾਂ ਸੀ ਕਮਰ ਮਨਜੀਤ ਇੰਦਰਾ ਗਵਰਮੈਂਟ ਹਾਈ ਸਕੂਲ ਕੋਟਕਪੂਰਾ। ਸਕੂਲ ਦੇ ਨਾਮ ਤੋਂ ਤੁਹਾਡਾ ਨਾਮ? ਉਹ ਜਿਹੜਾ ਆਪਣਾ ਫਰੀਦਕੋਟ ਦਾ ਮਹਾਰਾਜਾ ਹੋਣਾ ਉਹਦੇ ਬੇਟੇ ਦਾ ਨਾਂ ਹੈ। ਅਤੇ ਉਹਨਾਂ ਦੇ ਜਿਹੜੇ ਦੋਸਤ ਸੀਗੇ ਕਹਿੰਦੇ ਕਲਸੀ ਆਪਣੀ ਕੁੜੀ ਦਾ ਨਾਂ ਸਕੂਲ ਦੇ ਨਾਂ 'ਤੇ ਰੱਖ, ਬਹੁਤ ਸੋਹਣਾ ਨਾਂ ਹੈ। ਅੱਛਾ। ਸੋ ਇਹਦੀ ਇਹ ਮਿਸਟਰੀ ਹੈ। ਤੋ ਮੈਂ ਮਨਜੀਤ ਇੰਦਰਾ ਜੀ, ਤੋ ਜਿਹੜੇ ਬਦਲਣ ਲੱਗੇ ਸੀ ਉਹ INDER ਸੀ, ਇੰਦਰਜੀ ਮਹਿੰਦਰਾ ਸਿੰਘ, ਇੰਦਰਾ ਸਿੰਘ, ਭੁਪਿੰਦਰਾ ਸਿੰਘ। ਤੋ ਜਿਹਨੇ ਨੇ ਮੇਰਾ ਨਾਂ ਕੀਤਾ ਮੇਰੇ ਟੀਚਰ ਜੀ, ਉਹ ਕਹਿੰਦੇ ਉਹਨਾਂ ਦੇ ਬੱਚਾ ਕੋਈ ਨਹੀਂ ਸੀ। ਇਹ ਗੱਲ ਹੈਗੀ ਹੈ ਪਸੌੜ ਸਕੂਲ ਦੀ, ਮਲੇਰਕੋਟਲਾ ਅਤੇ ਧੂਰੀ ਦੇ ਦਰਮਿਆਨ ਹੈ। ਅੱਛਾ ਜੀ। ਠੀਕ ਹੈ। ਉੱਥੋਂ ਦੀ ਇੱਥੇ ਥੋੜ੍ਹਾ ਜਿਹਾ ਮੈਂ ਦੱਸ ਦਿਆਂ ਕਿ ਉਸ ਵੇਲੇ ਪੁਰਾਣਾ ਪੰਜਾਬ ਸੀ। ਹਾਂਜੀ। ਪੁਰਾਣੇ ਪੰਜਾਬ ਦੇ ਵਿੱਚ ਇਹ ਹਰਿਆਣਾ
ਹਿਮਾਚਲ ਦੇ ਬਹੁਤ ਸਾਰੇ ਹਿੱਸੇ ਸ਼ਾਮਿਲ ਸੀ ਅਤੇ ਸਾਡੀ ਰਾਜਧਾਨੀ ਸ਼ਿਮਲਾ ਸੀ, ਸ਼ਿਮਲੇ ਹੀ ਸਾਰੇ ਆਫਿਸਿਸ ਹੁੰਦੇ ਸੀ। ਬਿਲਕੁਲ। ਤੋ ਇਸ ਕਰਕੇ ਮੈਂ ਸਾਰੇ ਨਾਰਨੌਲ, ਦਾਦਰੀ, ਜੀਂਦ, ਗੰਗਾਨਗਰ ਤੱਕ ਲੱਗਦੇ ਇਲਾਕੇ ਸਾਰੇ ਉੱਥੇ ਮੈਂ ਸਾਰੇ ਫਿਰੀ ਹੋਈ ਹਾਂ। ਪਾਪਾ ਦੀ ਬਦਲੀ ਹੁੰਦੀ ਰਹਿੰਦੀ ਸੀ। ਸੋ ਡਿਸਟ੍ਰਿਕਟ ਮਹਿੰਦਰਗੜ੍ਹ 'ਚ ਸਕੂਲ ਸੀ ਕਨੀਨਾ, ਜਿਹਦੇ 'ਚ ਮੈਂ ਪਹਿਲੀ ਤੋਂ ਪੰਜਵੀਂ 'ਚ ਪੜ੍ਹਦੀ ਹੋਈ। ਟਿਪੀਕਲ ਮਾਲਵੇ ਦੇ ਪਿੰਡ ਪਸੌੜ ਮਲੇਰਕੋਟਲੇ ਧੂਰੀ ਦੇ ਵਿਚਕਾਰ ਉਸ ਪਿੰਡ 'ਚ ਆਈ। ਮੈਨੂੰ ਉੱਥੇ ਕਹਿੰਦੇ ਨੇ ਐਡਜਸਟ ਕਰਨਾ ਹਾਂਜੀ ਔਖਾ ਲੱਗਾ, ਕਿਉਂਕਿ ਜਿਹਦਾ ਜਿਹੜਾ ਹੋਵੇ ਮਾਰੇ ਧਾਰੇ ਬੋਲਦੇ 'ਚ ਪੈਦਾ ਹੋਈ, ਪਲੀ ਮੈਂ ਹਾਂਜੀ, ਇਕੱਠੇ ਜਾਓ ਹੋ, ਇਕੱਠੇ ਆਓ ਹੋ, ਕੀ ਕਰੋ ਸੋ ਮੰਨਣਾ ਨਹੀਂ ਪੈਰੋ ਹੈਂ। ਤੋ ਉੱਥੋਂ ਦਾ ਇੱਕ ਗੀਤ ਹੁੰਦਾ ਸੀ ਕਿ ਹੇ ਭਗਵਾਨ ਤੇਰੀ ਮਾਇਆ ਕਾ ਕੋਨੀ ਪਾਟਿਓ ਬੇਰਾ, ਰਾਜਾ ਤੇ ਕੰਗਾਲ ਬਣਾ ਦੇ ਨਿਰਧਨ ਨੇ ਧਨ ਦੇਰਾ, ਕੇ ਕਈ ਬੋਲੀ ਸੁਣ ਰਾਜਾ ਤੂੰ ਮੇਰੇ ਬਚਨ ਸਵੀਕਾਰ ਕਰੋ, ਦਇਓ ਭਰਤ ਨਾ ਰਾਜ ਤਿਲਕ ਰਾਮ ਨੇ 14 ਬਰਸ ਬਣਾ ਬਨਵਾਸ ਕਰੋ। ਕਿਆ ਬਾਤ। ਸੋ ਇਸ ਤਰ੍ਹਾਂ ਦੇ ਮਾਹੌਲ 'ਚੋਂ, ਪਰ ਮੈਂ ਇੱਥੇ ਇੱਕ ਗੱਲ ਹੋਰ ਕਹਾਂ ਕਿ ਹੈੱਡਮਾਸਟਰ ਦੀ ਕੁੜੀ ਹੋਣਾ ਮੇਰੇ ਲਈ ਡਿਸਕ੍ਰੈਡਿਟ ਰਿਹਾ। ਉਹ ਕਿਸ ਤਰ੍ਹਾਂ ਡਿਸਕ੍ਰੈਡਿਟ? ਇਸ ਕਰਕੇ ਰਿਹਾ, ਅੱਜ ਤਾਂ ਖੈਰ ਮਨਿਸਟਰਾਂ ਨੂੰ ਕੁਛ ਨਹੀਂ ਸਮਝਦੇ, ਉਸ ਵੇਲੇ ਹੈੱਡਮਾਸਟਰ ਦਾ ਅਹੁਦਾ ਜਿਹੜਾ ਬਹੁਤ ਵੱਡਾ ਹੁੰਦਾ ਸੀ। ਬਿਲਕੁਲ। ਹੈੱਡਮਾਸਟਰ ਇੱਕ ਹਊਆ ਹੁੰਦਾ ਸੀ, ਉਹਨਾਂ ਨੇ ਕਹਿਣਾ ਕਿ ਜੀ ਇਹ ਹੈੱਡਮਾਸਟਰ ਕੀ ਛੋਰੀ ਸਾਹਿਬ ਆਈ, ਸੋਚ ਵਿਚਾਰ ਕੇ ਬਾਤ ਕਰਿਆ ਸੀ। ਉੱਥੇ ਮਾਧਵ ਕੌਸ਼ਿਕ ਜਿਹੜਾ ਚੰਡੀਗੜ੍ਹ ਵਿੱਚ ਹੈ, ਵੱਡਾ ਸ਼ਾਇਰ ਹੈ ਹਿੰਦੀ ਦਾ, ਉਹ ਮੇਰਾ ਜੂਨੀਅਰ ਰਿਹਾ, ਉਹਦੇ ਪਿਤਾ ਉੱਥੇ ਪੜ੍ਹਾਉਂਦੇ ਸੀ। ਠੀਕ ਹੈ। ਫਿਰ ਜਦੋਂ ਮੈਨੂੰ ਪਸੌੜ ਗਏ, ਟਿਪੀਕਲ ਮਾਲਵੇ ਦੇ ਪਿੰਡ 'ਚ, ਤਾਂ ਮੈਂ ਪੰਜਾਬੀ ਆਉਂਦੀ ਨਹੀਂ ਜੀ, ਕੀ ਕਰੀਏ। ਉਹਨਾਂ ਨੇ ਮੇਰੇ ਹੱਥ 'ਚ ਟਰੰਕੀ ਜੀ ਫੜੀ ਹੋਈ, ਉਹਦੇ 'ਚ ਕਿਤਾਬਾਂ ਪਾਈਆਂ ਹੋਈਆਂ, ਫਰੋਕ ਪਾਈ ਹੋਈ, ਬੀਜੀ ਨੇ ਹੇਠਾਂ ਉਹ ਗਰਾਰਾ ਗਰੂਰਾ ਜਿਹਾ ਸੀ ਕੇ ਪਾਇਆ ਹੋਇਆ, ਦੋ ਗੁੱਤਾਂ ਮੈਂ ਕੀਤੀਆਂ। ਉਹ ਮੈਨੂੰ ਕਹਿੰਦੇ ਵੀ ਆਹ ਵਿਆਹ ਆਈ ਹੈ, ਉਹ ਮੈਨੂੰ ਸਮਝ ਨਾ ਆਵੇ ਕੋਈ, ਆ ਟਰੰਕੀ ਚੱਕੀ ਹੈ, ਕੱਪੜੇ ਲਿਆਈ ਹੈ, ਛਤਰੀ ਲਈ ਹੈ, ਮੀਂਹ ਪੈਂਦਾ। ਸੋ ਇਸ ਕਿਸਮ ਦੀ ਔਡ ਸਿਚੁਏਸ਼ਨ 'ਚ, ਅਤੇ ਫਿਰ ਮੇਰਾ ਖਿਆਲ ਹੈ ਕਿ ਮੈਂ ਹਿੰਦੀ ਮੀਡੀਅਮ ਤੋਂ ਜਦੋਂ ਤੁਸੀਂ ਸ਼ਿਫਟ ਕਰਦੇ ਹੋ ਬੋਲੀ ਤੋਂ ਵੀ, ਅਤੇ ਮੈਂ ਪੰਜਾਬੀ ਦੀ ਪੋਇਟ ਹਾਂ ਜੀ, ਪੰਜਾਬੀ ਦੀ ਲੈਕਚਰਰ ਰਹੀ, ਪ੍ਰੋਫੈਸਰ ਰਹੀ। ਬਿਲਕੁਲ। ਹੈਂ। ਤੋ ਇਹ ਜਿਹੜਾ ਹੈਗਾ ਆ ਸਫ਼ਰ ਥੋੜ੍ਹਾ ਜਿਹਾ, ਮੈਂ ਸਮਝਦੀ ਹਾਂ ਕਿ ਵੰਡੀਆਂ ਪੌੜੀਆਂ ਸਾਡੇ ਦੇਸ਼ 'ਚ ਪੋਲੀਟੀਕਲ ਥੋੜ੍ਹੇ ਜਿਹੇ ਫਾਇਦਿਆਂ ਵਾਸਤੇ, ਠੀਕ ਹੈ। ਤੋ ਹੁਣ ਇਹ ਪੰਜਾਬ ਜਿਹੜਾ ਸਾਡਾ ਹੈ, ਛੋਟਾ ਜਿਹਾ ਪੰਜਾਬ ਰਹਿ ਗਿਆ, ਉਹਦੀਆਂ ਵੰਡੀਆਂ ਵੀ ਪਾਉਣ ਲੱਗੇ, ਨਹੀਂ ਹੋਣਾ ਚਾਹੀਦਾ ਹੈ। ਸੋ ਮੈਂ ਇਸੇ ਤਰ੍ਹਾਂ ਪੜ੍ਹੀ ਹਾਂ, ਅਤੇ ਫਿਰ ਮੈਂ ਲੁਧਿਆਣੇ ਆ ਗਈ ਹਾਂ ਜੀ। ਅਸਲ 'ਚ ਅਸੀਂ ਫਿਰੋਜ਼ਪੁਰ ਨੂੰ ਬਿਲੋਂਗ ਕਰਦੇ ਹਾਂ। ਠੀਕ ਹੈ। ਝੋਕ ਹਰੀਹਰ ਸਾਡੀ ਜ਼ਮੀਨ ਸੀ। ਠੀਕ ਹੈ ਜੀ। ਅਤੇ ਅਮਰ ਟਾਕੀ ਸਿਨੇਮਾ ਉੱਥੇ ਬੜਾ ਮਸ਼ਹੂਰ ਆ, ਉਹਦੇ ਸਾਹਮਣੇ ਸਾਡਾ ਘਰ ਸੀ, ਉੱਥੇ ਪੂਰਾ ਮੁਹੱਲਾ ਹੀ ਸਾਡਾ ਸੀਗਾ ਜੀ। ਅਤੇ ਜਦੋਂ ਖਰੀਦਣ ਲੱਗੇ ਤਾਂ ਮੇਰੇ ਦਾਦਾ ਜੀ ਨੂੰ ਕਹਿੰਦੇ ਜੀ ਇਹ ਹਨੂੰਮਾਨ ਦਾ ਮੰਦਰ ਹੈ, ਤਾਂ ਉਹ ਕਹਿੰਦੇ ਮੰਦਰ ਸਾਨੂੰ ਕੀ ਕਹਿੰਦਾ, ਹਾਂਜੀ ਕੋਈ ਗੱਲ ਨਹੀਂ ਮੰਦਰ ਵੀ ਹੋਵੇ। ਸੋ ਮੈਨੂੰ ਯਾਦ ਆ ਵੀ ਉਸ ਮੰਦਰ 'ਚੋਂ ਮੰਗਲਵਾਰ ਵਾਲੇ ਦਿਨ ਜਿੰਨਾ ਬਦਾਨਾ ਮੈਂ ਖਾਧਾ ਹੋਣਾ ਸੀ, ਅਸੀਂ ਖਾਧਾ, ਕਿਸੇ ਨੇ ਨਹੀਂ ਖਾਧਾ, ਮੇਰੀ ਦਾਦੀ ਨੇ ਮੇਰੇ ਕੁਛ ਪੈਸੇ ਦੇ ਦੇਣੇ ਉਹਨੂੰ ਪੰਡਿਤ ਜੀ ਨੂੰ, ਉਹਨੂੰ ਕਹਿਤਾ ਵੀ ਮੇਰੇ ਜਵਾਕ ਜਿੰਨੀ ਵਾਰ ਆਉਣਗੇ ਜਿੰਨੀ ਵਾਰ ਮਰਜ਼ੀ ਮੰਗਣ, ਪ੍ਰਸ਼ਾਦ ਤੈਅ ਨਾ ਨਹੀਂ ਕਰਨੀ। ਅੱਛਾ।
ਸੋ ਮੇਰਾ ਖਿਆਲ ਆ ਮੰਦਿਰ 'ਚ 4 ਵਾਰ 5 ਵਾਰ ਚਲੇ ਜਾਈਦਾ ਸੀ ਅਸੀਂ। ਹੁਣ ਤਾਂ ਉੱਥੇ ਸਾਰਾ ਕੁਛ ਢਹਿ ਗਿਆ, ਉਹ ਕੁਛ ਵੀ ਨਹੀਂ ਰਿਹਾ, ਉਹ ਸੜਕਾਂ ਬਣ ਗਈਆਂ, ਉੱਥੇ ਲਾਈਟਾਂ ਲੱਗ ਗਈਆਂ। ਮੈਂ ਆਪਣਾ ਘਰ ਢੂੰਡਣ ਗਈ ਸੀ ਉੱਥੇ ਅਤੇ ਮੇਰਾ ਘਰ ਉੱਥੇ ਨਹੀਂ ਲੱਭਾ। ਅੱਛਾ, ਮੇਰੀ ਕਿਤਾਬ ਹੈ ਇੱਕ ਤਾਰਿਆਂ ਦਾ ਛੱਜ, ਹਾਂਜੀ, ਇਸ ਬਾਰੇ ਗੱਲ ਕਰਨੀ ਸੀ ਮੈਂ ਵੀ, ਜਿਹੜੀ ਪ੍ਰੋਫੈਸਰ ਮੋਹਨ ਸਿੰਘ ਅਤੇ ਅਮਰਤਾ ਪ੍ਰੀਤਮ ਦੇ ਅਫੇਅਰ ਬਾਰੇ ਕਹਿ ਲਓ, ਬਿਲਕੁਲ ਉਹਨਾਂ ਦੇ ਰਿਸ਼ਤੇ ਬਾਰੇ ਕਹਿ ਲਓ, ਮੈਂ ਇੱਕ ਸੂਤਰਧਾਰ ਹਾਂ, ਉਹਦੇ ਵਿੱਚ ਮੈਂ ਫਿਰੋਜ਼ਪੁਰ ਦਾ ਜ਼ਿਕਰ ਕੀਤਾ ਹੋਇਆ। ਹਾਂਜੀ, ਠੀਕ ਹੈ। ਤੋ ਬਾਕੀ ਜ਼ਿੰਦਗੀ ਹੈ, ਜ਼ਿੰਦਗੀ ਜਿਹੜੀ ਚੱਲਦੀ ਹੈ, ਬੜਾ ਕੁਛ ਗੁਆਚਦਾ, ਬੜਾ ਕੁਛ ਲੱਭਦਾ, ਬਿਲਕੁਲ ਗੁਆਉਣ ਲੱਗੇ ਵੀ ਪਤਾ ਨਹੀਂ ਲੱਗਦਾ, ਲੱਭਣ ਲੱਗੇ ਵੀ ਪਤਾ ਨਹੀਂ ਲੱਗਦਾ। ਫਿਰੋਜ਼ਪੁਰ ਤੋਂ ਫਿਰ ਤੁਸੀਂ ਲੁਧਿਆਣੇ ਆ ਜਾਂਦੇ ਹੋ? ਲੁਧਿਆਣੇ ਮੇਰੇ ਦਾਦਾ ਜੀ ਨੂੰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਾਲੇ ਐਡਵਾਈਜ਼ਰ ਟੂ ਚੇਅਰਮੈਨ ਲੈ ਆਏ ਜੀ। ਤੋ ਇੱਥੇ ਆ ਕੇ ਕਿਰਾਏ 'ਤੇ ਘਰ ਲਿਆ। ਮੇਰੀ ਦਾਦੀ ਕਹਿੰਦੇ ਵੀ ਮੈਂ ਤਾਂ ਨਹੀਂ ਰਹਿੰਦੀ ਕਿਰਾਏ ਦੇ ਘਰ 'ਤੇ। ਸੋ ਉਹਨਾਂ ਨੇ ਇੱਕ ਗਾਗਰ ਪੈਸਿਆਂ ਦੀ ਭਰੀ ਹੋਈ ਸੀਗੀ, ਹੁਣ ਪਤਾ ਨਹੀਂ ਕਿੰਨੇ, ਹੁਣ ਉਸ ਤੋਂ ਨਿੱਕੇ ਨਿੱਕੇ ਟਿੱਡੀਆਂ ਹੋਵਾਂਗੀਆਂ। ਤੋ ਉਹਨਾਂ ਨੇ ਇੱਕ ਪਰਲ ਹੌਜ਼ਰੀ ਵਾਲਿਆਂ ਦਾ ਪੂਰੇ ਦਾ ਪੂਰਾ ਜਿਹੜਾ ਸੀਗਾ ਮਿਲਰਗੰਜ ਦੇ ਵਿੱਚ, ਉਹ ਖਰੀਦ ਲਿਆ। ਠੀਕ ਹੈ। ਤੋ ਜਿਹੜਾ ਹੁਣ ਵੀ ਹੈਗਾ। ਤੁਹਾਡੀ ਪੜ੍ਹਾਈ ਲੁਧਿਆਣੇ ਦੀ ਹੈ ਤੁਸੀਂ? ਮੈਂ, ਮੇਰਾ ਖਿਆਲ ਹੈ 5 ਸਾਲ ਤੋਂ ਵੱਧ ਕਿਤੇ ਟਿਕੀ ਨਹੀਂ ਜੀ। ਇਹ ਚੰਡੀਗੜ੍ਹ ਹੈ ਕਿ ਜਿੱਥੇ ਮੈਂ ਸਭ ਤੋਂ ਜ਼ਿਆਦਾ ਰਹੀ ਹਾਂ। ਮੈਂ ਲੁਧਿਆਣੇ GCG ਜੀ, ਗਵਰਨਮੈਂਟ ਕਾਲਜ ਫਾਰ ਵਿਮੈਨ, ਉੱਥੇ ਮੈਂ ਪੜ੍ਹੀ ਹਾਂ ਜੀ। ਮੈਡੀਕਲ ਦੀ ਸਟੂਡੈਂਟ ਰਹੀ ਹਾਂ ਜੀ, ਪਰ ਮੇਰੀ ਸ਼ਾਇਰੀ ਨੇ ਕਹੋ, ਮੇਰੀ ਕਲਮ ਨੇ ਕਹੋ, ਮੈਨੂੰ ਡਾਕਟਰ ਨਹੀਂ ਬਣਨ ਦਿੱਤਾ। ਤੁਸੀਂ ਡਾਕਟਰ ਬਣਨਾ ਸੀ, ਸੁਪਨਾ ਸੀ ਤੁਹਾਡਾ? ਨੋ, ਮੇਰਾ ਕੋਈ ਸੁਪਨਾ ਨਹੀਂ ਸੀ ਡਾਕਟਰ ਬਣਨ ਦਾ। ਇਹ ਘਰਦਿਆਂ ਦਾ ਸੀ ਜਿਹੜਾ ਲੱਦਿਆ ਹੋਇਆ ਸੀ ਮੇਰੇ 'ਤੇ। ਅੱਛਾ, ਇੱਥੇ ਇੱਕ ਛੋਟਾ ਜਿਹਾ ਕਿੱਸਾ ਹੈ। ਹਾਂਜੀ, ਕਿ ਮੇਰੀ ਪ੍ਰਿੰਸੀਪਲ ਸੀਗੀ EN ਸ਼ਾਹਾਨੀ, ਅੰਗਰੇਜ਼ ਲੇਡੀ ਸੀ, ਜਿਹੜੀ GCG 11 ਦੇ ਵਿੱਚ ਪਹਿਲੀ ਪ੍ਰਿੰਸੀਪਲ ਰਹੀ ਹੈ। ਠੀਕ ਹੈ। ਮੈਨੂੰ ਟਟੋਰੀਅਲਸ ਹੁੰਦੇ ਸੀ, ਸਾਰਾ ਕੁਛ ਹੈ। ਬੋਟਨੀ ਦਾ ਪੇਪਰ ਜਿਸ ਵੇਲੇ ਆਇਆ ਤਾਂ ਉਹਨਾਂ ਨੇ ਲਿਖਿਆ ਸੀ ਡਿਸਕ੍ਰਾਈਬ ਪੈਟਲ ਐਂਡ ਸਟੈਮ। ਪਤਾ ਨਹੀਂ ਕੀ ਉਹ ਦਿਮਾਗ 'ਚ ਆਇਆ, ਉਹ ਪੈਟਲਸ ਦੇ ਉੱਤੇ ਮੈਂ ਕਵਿਤਾ ਲਿਖਤੀ, ਜਿੰਨੀ ਕੁ ਮੈਨੂੰ ਅੰਗਰੇਜ਼ੀ ਚਾਹੀ ਅੰਗਰੇਜ਼ੀ 'ਚ ਲਿਖਤੀ, ਜਿੰਨੀ ਕੁ ਹਿੰਦੀ ਚਾਹੀ ਹਿੰਦੀ 'ਚ, ਪੰਜਾਬੀ 'ਚ। 32 ਸਫ਼ੇ ਮੈਂ ਆਪਣੀ ਪੂਰੀ ਪੋਇਟਰੀ ਨਾਲ ਭਰਤੇ। ਅੱਛਾ। ਪੇਪਰ ਮੈਂ ਦੇ ਕੇ ਆ ਗਈ ਜੀ। ਮੈਂ ਬਾਅਦ 'ਚ ਸੋਚਿਆ ਵੀ ਇਹ ਤਾਂ ਮੈਂ ਗੜਬੜ ਕਰਤੀ, ਇਹ ਕੀ ਕਰਤਾ ਮੈਂ ਜੀ। ਪਰ ਮੈਨੂੰ ਕੋਈ ਅਫਸੋਸ ਨਹੀਂ ਸੀ। ਮਿਸ ਬੀ ਬੁੱਧ ਰਾਜਾ ਮੇਰੀ ਟੀਚਰ ਹੁੰਦੀ ਸੀ, ਟਟੋਰੀਅਲ ਵੀ ਉਹਦਾ ਹੀ ਹੁੰਦਾ ਸੀ ਜੀ। ਤੋ ਉਹਨਾਂ ਨੇ ਮੇਰੇ ਪੇਪਰ ਦੇ ਉੱਤੇ ਨਾ ਤਾਂ ਕਾਟਾ ਲਾਇਆ, ਨਾ ਉਹਨੂੰ ਕ੍ਰੋਸ ਕੀਤਾ, ਨਾ ਉਹਨੂੰ ਠੀਕ ਕੀਤਾ, ਉਹਨੂੰ ਕੱਢ ਕੇ ਐਜ਼ ਇਟ ਇਜ਼ ਗ੍ਰੀਨ ਪੈਨ ਨਾਲ ਉਹ 'ਤੇ ਫੁੱਲ ਬਣਾ ਕੇ ਇੱਕ ਸਾਈਡ 'ਤੇ ਰੱਖਤਾ। ਠੀਕ ਹੈ। ਨੈਚੁਰਲੀ ਪ੍ਰਿੰਸੀਪਲ ਕੋਲ ਜਾਣਾ ਸੀ ਉਹ ਜੀ। ਮੇਰੀ ਪ੍ਰਿੰਸੀਪਲ ਨੇ ਮੇਰੇ ਪਾਪਾ ਨੂੰ ਚਿੱਠੀ ਲਿਖੀ ਕਿ ਸੀ ਮੀ ਇਨ ਮਾਈ ਆਫਿਸ ਅਲੋਂਗ ਵਿਦ ਯੂਰ ਡਾਟਰ। ਅੱਛਾ। ਤੋ ਮੈਂ ਉੱਥੇ ਆਫਿਸ 'ਚ ਗਈ, ਪਤਾ ਸੀ, ਇਹ ਵੀ ਪਤਾ ਸੀ ਵੀ ਛਿੱਤਰ ਪੈਣਗੇ ਹੁਣ। ਠੀਕ ਹੈ। ਬਹੁਤ ਡਰ ਲੱਗਾ। ਉੱਧਰੋਂ ਮਾਂ ਦਿਖੇ, ਮਾਂ ਦੀਆਂ ਅੱਖਾਂ ਦਿਖਣ ਵੀ ਡਾਕਟਰ ਬਣਨਾ। ਸੋ ਉੱਥੇ ਗਏ, ਮੇਰੇ ਪਾਪਾ ਦੇ ਅੱਗੇ ਉਹਨਾਂ ਨੇ ਪੇਪਰ ਰੱਖਤਾ।
ਤੇ ਮੇਰੇ ਫਾਦਰ ਨੇ ਮੇਰੇ ਵੱਲ ਦੇਖਿਆ ਵੀ ਮੈਂ ਅੱਖਾਂ ਚੁਰਾ ਨਹੀਂ ਸਕਦੀ ਸੀ ਉੱਥੇ। ਬਿਲਕੁਲ। ਫਿਰ ਬੋਲੇ, ਕੁੜੇ ਇਹ ਕੀ ਹੈ? ਮੈਂ ਕਿਹਾ ਪੇਪਰ। ਕਹਿੰਦੇ ਵੀ ਇਹ ਪੇਪਰ ਹੈ? ਮੈਂ ਕਿਹਾ ਹਾਂਜੀ। ਇੱਥੇ ਹੀ ਮਿਸਿਸ ਸ਼ਹਾਨੀ ਨੇ ਹੱਥ ਕਰਕੇ ਅਤੇ ਬੰਦ ਕਰਤਾ ਉਹ। ਉਹਨਾਂ ਨੂੰ ਕਹਿੰਦੇ ਯੂ ਆਰ ਏ ਟੀ ਕਹਿੰਦੇ ਮਿਸਟਰ ਕਲਸੀ, ਯੂ ਆਰ ਏ ਟੀਚਰ ਐਂਡ ਆਈ ਐਮ ਏ ਟੀਚਰ, ਯੂਅਰ ਡੋਟਰ ਇਜ਼ ਵੈਰੀ ਬ੍ਰਿਲੀਅੰਟ, ਚੇਂਜ ਹਰ ਸਬਜੈਕਟ ਟੂ ਆਰਟਸ, ਸ਼ੀ ਵਿਲ ਸ਼ਾਈਨ, ਆਈ ਟੈਲ ਯੂ ਸ਼ੀ ਵਿਲ ਸ਼ਾਈਨ। ਪਾਪਾ ਕਹਿੰਦੇ ਕਿਵੇਂ? ਫਿਰ ਮੈਨੂੰ ਮੇਰੀ ਮਾਂ ਦਿਖ ਰਹੀ ਸੀ। ਮੈਂ ਕਿਹਾ ਨੋ, ਆਈ ਵੋਂਟ ਚੇਂਜ, ਆਈ ਵਿਲ ਵਰਕ ਹਾਰਡ। ਐਂਡ ਆਈ ਵਾਜ਼ ਡਿਟੇਨਡ, ਆਈ ਵਾਜ਼ ਡਿਟੇਨਡ ਲਾਈਕ ਐਨੀਥਿੰਗ। ਸੋ ਮਿਸਿਸ ਸ਼ਹਾਨੀ ਦੀ ਗੱਲ ਬਿਲਕੁਲ ਸਹੀ ਨਿਕਲੀ। ਸੋ ਮੈਂ ਸਾਰੀ ਜਿਹੜੀ ਐੱਮ ਏ ਤੱਕ ਪੜ੍ਹੀ, ਐੱਮ ਫਿਲ ਤੱਕ ਪੜ੍ਹੀ, ਆਊਟਸਟੈਂਡਿੰਗ ਫਸਟ ਕਲਾਸ। ਤੋ ਪੋਇਟਰੀ ਘਰ ਦੇ ਵਿੱਚ ਕਿੱਦਾਂ ਦਾ ਮਾਹੌਲ ਸੀ? ਲਿਖਣਾ ਘਰ ਚ ਕਿਤਾਬਾਂ ਬਹੁਤ ਸੀਗੀਆਂ ਜੀ। ਮੇਰੇ ਜਿਹੜੇ ਕਲਾਸ ਫੈਲੋਜ਼ ਨੇ ਜਾਂ ਮੇਰੇ ਸੀਨੀਅਰ ਹੋਣਗੇ, ਜੂਨੀਅਰ ਹੋਣਗੇ, ਉਹ ਸਾਰੇ ਜਾਣਦੇ ਨੇ ਜੀ ਕਿ ਮੈਂ ਮੇਰੇ ਪਿਤਾ ਮਾਤਾ ਦੀ ਕੀਤਾ ਹੋਇਆ। ਮੇਰਾ ਵੀਲਾ ਜਿਹੜਾ ਸੀਗਾ ਨਾ, ਉਹ ਅਮਨ ਸ਼ਾਂਤੀ ਵਾਲਾ ਤਾਂ ਹੈ ਨਹੀਂ ਸੀ। ਬਾਹਰ 'ਚ ਚੀਨ ਦੀ ਲੜਾਈ ਹੋ ਗਈ, 65 'ਚ ਪਾਕਿਸਤਾਨ ਦੀ ਲੜਾਈ ਹੋ ਗਈ, 72 'ਚ ਫਿਰ ਪਾਕਿਸਤਾਨ ਨੇ ਲੜਾਈ ਕਰਤੀ। ਉਸ ਵੇਲੇ ਮੁਹੱਬਤ ਦੇ ਗੀਤ ਤਾਂ ਹੁੰਦੇ ਨਹੀਂ ਸੀ, ਬਿਲਕੁਲ ਟੈਲੀਵਿਜ਼ਨ ਹੈ ਨਹੀਂ ਸੀ, ਸਿਰਫ ਰੇਡੀਓ ਹੁੰਦਾ ਸੀ। ਰੇਡੀਓ ਵੀ ਸਵੇਰ ਦੀ ਸਭਾ, ਦੁਪਹਿਰ ਦੀ ਸਭਾ ਅਤੇ ਸ਼ਾਮ ਦੀ ਸਭਾ। ਸਾਰਾ ਦਿਨ ਰੇਡੀਓ ਵੀ ਨਹੀਂ ਸੀ ਚੱਲਦੇ ਜੀ। ਸ਼ਾਮ ਨੂੰ 5 ਵਜੇ ਰੇਡੀਓ ਸ਼ੁਰੂ ਹੁੰਦਾ ਸੀ ਅਤੇ ਉੱਥੇ ਇੱਕ ਦੇਸ਼ ਪਿਆਰ ਦਾ ਗੀਤ ਉਹ ਲਿਖਾਇਆ ਜਾਂਦਾ ਸੀ, ਉਹਦੀ ਟਿਊਨ ਸਿਖਾਈ ਜਾਂਦੀ ਸੀ ਜੀ। ਅਤੇ ਮੇਰੇ ਬੀਜੀ ਜਾਂ ਮੇਰੇ ਪਾਪਾ, ਉਹ ਦੋਨਾਂ 'ਚੋਂ ਕੋਈ ਵੀ ਉਹ ਬਹਿ ਕੇ ਲਿਖਦੇ ਸੀ, ਫਿਰ ਉਹ ਮੈਨੂੰ ਤਿਆਰ ਕਰਵਾਉਂਦੇ ਸੀ। ਮੈਂ ਡੇਲੀ ਇੱਕ ਨੈਸ਼ਨਲ ਸੌਂਗ ਆਪਣੀ ਪ੍ਰੇਅਰ 'ਚ ਗਾਉਂਦੀ ਸੀ। ਅੱਛਾ। ਉਹਨਾਂ ਦਿਨਾਂ ਦੀ ਉਹ ਗੱਲ ਹੈ ਜਦੋਂ ਬਾਟ ਦੇ ਵਿੱਚ ਹੀ ਕਿ ਆਇਆ ਮੇਰੇ ਵਤਨ ਕੇ ਲੋਗੋ ਜਰਾਂਖ ਮੇਂ ਭਰ ਲਓ ਪਾਣੀ ਜੀ, ਇਹ ਲਤਾ ਮੰਗੇਸ਼ਕਰ ਦਾ ਆਇਆ। ਫਿਰ ਤਲਿਤ ਦਾ ਆਇਆ ਮੇਰੇ ਪਿਆਰੇ ਵਤਨ ਹੈ ਮੇਰੇ ਵਿਛੜੇ ਸਨਮ ਚਮਨ ਤੁਝ ਪੇ ਦਿਲ ਕੁਰਬਾਨ। ਸੋ ਜੇ ਤੁਸੀਂ ਕਹੋ ਵੀ ਉੱਥੇ ਫਿਲਮੀ ਗੀਤ ਹੋਣਗੇ, ਮੇਰੀ ਜ਼ਿੰਦਗੀ 'ਚ ਨਹੀਂ ਰਹੇ ਜੀ, ਮੇਰੀ ਜ਼ਿੰਦਗੀ 'ਚ ਦੇਸ਼ ਪਿਆਰ ਦੇ ਗੀਤ ਹੀ ਰਹੇ। ਮੇਰੇ ਅਧਿਆਪਕ ਸਨ, ਮੇਰੇ ਪਿਤਾ ਮੈਨੂੰ ਡੈਕਲਾਮੇਸ਼ਨ ਡਿਬੇਟ ਵਿੱਚ ਸਵੇਰੇ ਨੂੰ ਡਿਬੇਟ ਹੈ, ਰਾਤ ਨੂੰ ਬੀਜੀ ਨੂੰ ਕਹਿਣਾ, ਆਪਣੀ ਧੀ ਨੂੰ ਕਹਿ ਕਾਗਜ਼ ਪੈਨ ਲੈ ਆਵੇ, ਤਾਂ ਮੈਨੂੰ ਉਹਨਾਂ ਨੇ ਡਿਕਟੇਟ ਕਰਾਉਣਾ। ਉੱਥੇ ਜਾਣਾ, ਜੇ ਤਾਂ ਉੱਥੇ ਪ੍ਰਾਈਜ਼ ਲੈ ਕੇ ਆਉਣਾ ਤਾਂ ਜਾਈ, ਨਹੀਂ ਤਾਂ ਨਾ ਜਾਈ। ਅੱਛਾ। ਸੋ ਰਾਤੋ ਰਾਤ ਮੈਂ ਉਹ ਤਿਆਰ ਕਰਨਾ ਜੀ। ਤੋ ਮੇਰਾ ਖਿਆਲ ਹੈ ਕਿ ਵੀ ਮੈਂ ਕਾਮਯਾਬ ਹਰ ਜਗ੍ਹਾ 'ਤੇ ਹੋਈ ਹਾਂ। ਸੋ ਉਦੋਂ ਬਾਅਦ ਵਿੱਚ ਮੇਰੇ ਜਿਹੜੇ ਇਹਦੇ ਵੱਲ ਆਉਣਾ, ਮੇਰੇ ਘਰ 'ਚ ਕਿਤਾਬਾਂ ਬਥੇਰੀਆਂ ਸੀਗੀਆਂ। ਤੋ ਮੈਂ ਹੁਣ ਤੁਹਾਨੂੰ ਦੱਸਾਂ, ਹਰ ਬੱਚਾ ਸ਼ਾਇਦ ਇੱਦਾਂ ਕਰਦਾ ਹੋਵੇ, ਮੈਂ ਜਿਵੇਂ ਕੀਤਾ। ਮੈਨੂੰ ਆਗਿਆ ਨਹੀਂ ਸੀ ਹੁੰਦੀ ਵੀ ਮੈਂ ਕਿਤਾਬ ਪੜ੍ਹ ਲਵਾਂ। ਮੈਗਜ਼ੀਨ ਹੁੰਦੇ ਸੀ, ਕਵਿਤਾ ਮੈਗਜ਼ੀਨ ਆਉਂਦਾ ਸੀ ਕਰਤਾਰ ਸਿੰਘ ਬਲੱਗਣ ਦਾ, ਜਨ ਸਾਹਿਤ, ਪੰਜਾਬੀ ਦੁਨੀਆ, ਇਲਸਟ੍ਰੇਟ ਵੀਕਲੀ,
ਤੇ ਪੰਚਤੰਤਰ ਵਾਲੀਆਂ ਕਹਾਣੀਆਂ ਜੀ, ਬਾਲ ਸੰਦੇਸ਼, ਇਹ ਇਹੋ ਜਿਹੇ ਮੈਗਜ਼ੀਨ ਆਉਂਦੇ ਸੀ ਜੀ, ਪ੍ਰੀਤਲੜੀ, ਆਰਸੀ, ਇਹ ਲਿਟਰੇਰੀ ਮੈਗਜ਼ੀਨ ਸੀਗੇ ਜੀ, ਦੇਖ ਲੈਣੇ, ਪੜ੍ਹ ਲੈਣੇ, ਅਮਰਤਾ ਪ੍ਰੀਤਮ ਦੀ ਕਵਿਤਾ, ਮੋਹਨ ਸਿੰਘ ਦੀ ਕਵਿਤਾ, ਅਮਰਤਾ ਪ੍ਰੀਤਮ ਦੀ ਕਵਿਤਾ ਨੇ ਮੈਨੂੰ ਆਪਣੇ ਵੱਲ ਖਿੱਚਿਆ। ਮਨਜੀਤ ਹੁਣ ਇੰਦਰਾ ਹੋਣਾ ਨੂੰ ਲਿਖਣ ਦਾ ਸ਼ੌਂਕ ਕਦੋਂ ਪਿਆ? ਮੈਂ ਦੱਸਦੀ ਹਾਂ ਨਾ, ਅਮਰਤਾ ਪ੍ਰੀਤਮ ਦੀ ਕਵਿਤਾ ਮੈਨੂੰ ਖਿੱਚ ਰਹੀ ਹੈ। ਮੇਰੇ ਇਦੋਂ ਪਿੱਛੇ ਚਲੇ ਜਾਈਏ, 8ਵੀਂ ਜਮਾਤ 'ਚ, ਜਿਸਲੇ 7ਵੀਂ ਜਮਾਤ 'ਚ ਪੜ੍ਹਦੀ ਹਾਂ, ਅਤੇ ਉਦੋਂ ਮੇਰੇ ਟੀਚਰ ਸੀ ਗਿਆਨੀ ਭਾਗ ਸਿੰਘ ਜੀ, ਉਹ ਹੁਣ ਇਸ ਦੁਨੀਆਂ 'ਚ ਨਹੀਂ ਰਹੇ, ਭਾਈ ਰੂਪੇ ਤੋਂ ਸਨ ਉਹ। ਸਾਨੂੰ ਇੱਕ ਐਸੇ ਲਿਖਣਾ ਦੱਸਿਆ, ਐ ਮੇਰੇ ਪਿਆਰੇ ਵਤਨ। ਅੱਛਾ ਜੀ। ਐ ਮੇਰੇ ਵਤਨ, ਮੇਰੇ ਵਤਨ ਇਕੱਲਾ, ਅਤੇ ਮੈਂ ਲਿਖਿਆ ਐ ਮੇਰੇ ਪਿਆਰੇ ਵਤਨ ਜੀ। ਉਹਦੇ ਵਿੱਚ ਉਹ ਕਾਵਿਕ ਪ੍ਰੋਜ਼ ਦੇ ਵਿੱਚ ਮੈਂ ਲਿਖਿਆ। ਉਹ ਮੈਨੂੰ ਕਹਿੰਦੇ ਭਾਈ ਇੱਕ ਪਾਸੇ ਲਿਖ ਕੇ ਲੈ ਆਈ ਕਾਗਜ਼ ਦੇ। ਠੀਕ ਹੈ। ਮੈਂ ਇੱਕ ਪਾਸੇ ਲਿਖ ਕੇ ਲੈ ਗਈ, ਉਹਨਾਂ ਨੇ ਉਹ ਜਿਹੜਾ ਐਪਲੀਕੇਸ਼ਨ ਲਿਖਾਈ ਮੇਰੇ ਕੋਲੋਂ, ਇੱਕ ਮੇਰੀ ਖਾਕੀ ਰੰਗ ਦੀ ਸਾਡੀ ਰਫ ਕਾਪੀ ਹੁੰਦੀ ਸੀ। ਬੜੀ ਦੇਰ ਫਿਰ ਹੋ ਰਿਹਾ, ਮੈਂ ਮੈਗਜ਼ੀਨ ਦਾ ਨਾਂ ਬਦਲ ਦੇਣਾ, ਕਵਿਤਾ ਦਾ ਨਾਂ ਬਦਲ ਦੇਣਾ ਅਤੇ ਉਹੀ ਲਿਖ ਕੇ ਭੇਜਣਾ ਜੀ। ਸੋ ਅੰਮ੍ਰਿਤਸਰ ਤੋਂ ਧਨਵੰਤ ਸਿੰਘ ਸੀਤਲ ਦੀ ਐਡੀਟਰ ਸੀਗੇ, ਉਹਨਾਂ ਦੀ ਸੰਪਾਦਨਾ ਦੇ ਵਿੱਚ ਦੋ ਮੈਗਜ਼ੀਨ ਨਿਕਲਦੇ ਸੀ, ਭਾਰਤੀ ਨਾਰੀ ਜੀ ਅਤੇ ਬੀਬਾ ਰਾਣਾ। ਬੀਬਾ ਰਾਣਾ ਵਿੱਚ ਮੇਰਾ 7ਵੀਂ 'ਚ ਪੜ੍ਹਦਿਆਂ 1962 ਵਿੱਚ ਉਹ ਮੈਗਜ਼ੀਨ ਦੇ ਵਿੱਚ ਮੇਰੀ ਰਚਨਾ ਛਪਦੀ ਹੈ। ਠੀਕ। ਉਦੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ। ਸੋ ਮੈਨੂੰ ਮਾਹੌਲ ਦੇਣ ਵਾਲੇ ਮੇਰੇ ਮਾਤਾ ਪਿਤਾ ਨੇ ਜੀ, ਲੇਕਿਨ ਮੈਨੂੰ ਰਾਈਟਿੰਗ ਵੱਲ ਤੋਰਨ ਵਾਲੇ ਮੇਰੇ ਅਧਿਆਪਕ ਨੇ ਜੀ। ਠੀਕ ਹੈ। ਫਿਰ ਮੈਂ ਆਪਣੀ ਗ੍ਰੈਜੂਏਸ਼ਨ ਜਿਹੜੀ ਹੈ, ਮੈਂ ਪਟਿਆਲੇ ਚਲੀ ਜਾਂਦੀ ਹਾਂ। ਮੇਰੇ ਮਾਮਾ ਜੀ ਪਟਿਆਲੇ ਸੀਗੇ, ਥਾਪਰ ਇੰਜੀਨੀਅਰਿੰਗ ਕਾਲਜ ਪ੍ਰੋਫੈਸਰ ਸੀ, ਉਹਨਾਂ ਕੋਲ ਰਹਿ ਕੇ ਮੈਂ ਪੜ੍ਹੀ ਹਾਂ। ਦੈਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀ, ਐੱਮ ਏ ਕੀਤੀ, ਐੱਮ ਫਿਲ ਕੀਤੀ। ਤੋ ਇਹ ਜਿਹੜੀ ਮੇਰੀ ਪਹਿਲੀ ਕਿਤਾਬ ਛਪੀ ਜੀ, ਮੈਂ ਆਪਣੇ ਪਾਪਾ ਨੂੰ ਸਵਾਲ ਕੀਤਾ ਕਿ ਪਾਪਾ ਮੰਨ ਲਓ ਮੂਲ ਧਨ 100 ਹੁੰਦਾ ਅਤੇ ਮਹਿਬੂਬ ਇੱਕ ਹੋ ਸਕਦਾ? ਇੱਕ ਪਿਤਾ ਨੂੰ ਐਡਾ ਵੱਡਾ ਸਵਾਲ ਕਰਨਾ, ਡਰ ਨਹੀਂ ਲੱਗਿਆ ਉਸ ਟਾਈਮ? ਲੱਗਿਆ ਨਹੀਂ ਕਿ ਅੱਗੇ ਮਾਂ ਮੇਰੀ ਆਈ, ਮਤਲਬ ਸੋਚ ਨਹੀਂ ਸਕਦੇ, ਮੈਨੂੰ ਜਿਹੜੀਆਂ ਗਾਲਾਂ ਕੱਢੀਆਂ ਜੀ। ਮੇਰੇ ਫਾਦਰ ਉਹਨੂੰ, ਮੇਰੀ ਬੀਜੀ ਨੂੰ ਕਹਿੰਦੇ ਨੇ ਵੀ ਤੂੰ ਚੁੱਪ। ਹਾਂ, ਕੀ ਕਹਿੰਦੀ ਸੀ ਕੁੜੇ? ਫਿਰ ਮੇਰੀ ਟੋਨ ਥੋੜ੍ਹੀ ਜਿਹੀ ਹੌਲੀ ਹੋਈ। ਠੀਕ ਹੈ। ਵੀ ਮੰਨ ਲਓ ਮੂਲ ਧਨ 100 ਹੁੰਦਾ, ਮਹਿਬੂਬ ਇੱਕ ਹੋ ਸਕਦਾ ਜੀ? ਮੇਰੇ ਫਾਦਰ ਨੇ ਐਂ ਕਰਕੇ ਨੀਵੀਂ ਪਾ ਲਈ ਸੋਚ ਕੇ, 2 ਮਿੰਟ ਬਾਅਦ ਕਹਿੰਦੇ ਹਾਂ ਹੋ ਸਕਦਾ, ਇੱਕ ਮੈਨੂੰ ਕਹਿੰਦੇ ਚੰਗਾ ਹੁਣ ਚਾਹ ਲਾਇਆ। ਸੋ ਇਹ ਸਿਲਸਿਲਾ ਤੋਂ ਮੈਂ ਉਸ ਕਿਆਸੇ ਹੋਏ ਇੱਕ ਮਹਿਬੂਬ ਵਾਸਤੇ ਨਜ਼ਮਾਂ ਲਿਖੀਆਂ, ਜਿਹੜੀਆਂ ਨਜ਼ਮਾਂ ਮੇਰਾ ਦਿਲ ਕਰਦਾ ਸੀ। ਅਮਰਤਾ ਪ੍ਰੀਤਮ ਦੀ ਕਿਤਾਬਾਂ ਜਿਹੜੀਆਂ ਹੁੰਦੀਆਂ ਸੀ, ਮੈਂ ਸਿਰਹਾਣੇ ਹੇਠ ਰੱਖਣੀਆਂ, ਵਧੀਆ ਜਿਹਾ ਤੌਲੀਆ ਵਿਛਾਉਣਾ, ਚੋਰੀ ਕੱਢਣ ਬੀਜੀ ਤੋਂ ਜਿਹੜਾ ਸਭ ਤੋਂ ਸੋਹਣਾ ਲੱਗਣਾ ਉਹ ਹੈਂਡ ਟਾਵਲ ਕੱਢਣਾ, ਹੇਠਾਂ ਵਿਛਾਉਣਾ ਸਿਰਹਾਣੇ ਦੇ, ਉਹ 'ਤੇ ਕਿਤਾਬਾਂ ਰੱਖਣੀਆਂ,
ਉੱਤੇ ਫਿਰ ਸਿਰਫ ਟੋਵਲ ਵਿਛਾ ਦੇਣਾ, ਸਿਰਹਾਣਾ ਰੱਖਣਾ। ਇਹ ਸੋਚੋ ਵੀ ਐ ਹੋ ਸਕਦਾ ਵੀ ਅੰਮ੍ਰਿਤਾ ਦੀ ਸ਼ਾਇਰੀ ਸੈੱਲ ਮੇਰੇ ਅੰਦਰ ਚਲੀ ਜੂਗੀ। ਤੋ ਮੈਂ ਸਾਰੀਆਂ ਜਿਸਲੇ ਕਵਿਤਾ ਹੋ ਗਈਆਂ ਅਤੇ ਘਰ 'ਚ ਐੱਮ ਐੱਸ ਰੰਧਾਵਾ ਦੀ ਗੱਲ ਚੱਲਦੀ ਹੈ। ਹਾਂਜੀ, ਐੱਮ ਐੱਸ ਰੰਧਾਵਾ ਦੀ ਸਿਸਟਰ ਜਿਹੜੀ ਸੀ ਉਹ ਮੇਰੇ ਨਾਨਕੇ, ਜਿਸ ਪਿੰਡ 'ਚ ਮੇਰਾ ਜਨਮ ਹੋਇਆ ਉਹ ਪਿੰਡ ਕੋਈ ਮਾਮੂਲੀ ਪਿੰਡ ਨਹੀਂ ਹੈਗਾ, ਬਿਲਕੁਲ ਇਤਿਹਾਸਿਕ ਪਿੰਡ ਹੈ। ਹਾਂਜੀ, ਬਜਵਾੜਾ। ਹਾਂਜੀ, ਜਿਹੜਾ ਬੈਜੂ ਬਾਬਰਾ, ਬੈਜੂ ਬਾਬਰੇ ਦਾ ਪਿੰਡ ਹੈ। ਬੈਜੂ ਬਾਬਰਾ ਸਾਡਾ ਬੜਾ ਸੰਗੀਤ, ਵੱਡਾ ਸੰਗੀਤਕਾਰ ਸੀ, ਸੰਗੀਤ ਅੱਗੇ ਸੀ, ਉਹਦੇ ਨਾਂ 'ਤੇ ਪਿੰਡ ਦਾ ਨਾਂ ਆ। ਸ਼ੇਰ ਸ਼ਾਹ ਸੂਰੀ ਦੇ ਨਾਨਕੇ ਵੀ ਉੱਥੇ ਹੀ ਹੈ। ਬਿਲਕੁਲ, ਹਰਵੱਲਭ ਹੈ ਜਿਹੜੇ, ਉਹਦੇ ਪਿੰਡ ਵੀ ਉਹੀ ਹੈ। ਅਤੇ ਆਪਣਾ ਜਿੰਨੇ ਸਾਡੇ ਵੱਡੇ ਹੋਏ ਨੇ, ਹੁਣ ਤੂੰ ਸੋਚ ਲਓ ਵੀ ਸੂਰੀ ਛੋਟੀ ਚੀਜ਼ ਸੀਗਾ। ਬਿਲਕੁਲ, ਤੋ ਉੱਥੋਂ ਜਿਸਲੇ ਇਹ ਇਹ ਪਿੰਡ ਦਾ ਹੋਇਆ ਤੋ ਮੈਨੂੰ ਕਿਤਾਬ, ਉੱਥੇ ਰੰਧਾਵਾ ਦੀ ਭੈਣ ਵਿਆਹੀ ਹੋਈ ਹੈ ਜੀ, ਅਤੇ ਗੱਲਾਂ ਹੋ ਰਹੀਆਂ, ਨਵੇਂ ਨਵੇਂ ਰੰਧਾਵਾ ਸਾਹਿਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਆ ਗਏ ਨੇ ਜੀ, ਵਾਈਸ ਚੈਂਸਲਰ ਦੇ ਤੌਰ 'ਤੇ, ਜਿਹੜੇ ਚੰਡੀਗੜ੍ਹ ਦੇ ਪਹਿਲੇ ਕਮਿਸ਼ਨਰ ਸੀ, ਚੀਫ ਕਮਿਸ਼ਨਰ ਸੀਗੇ ਜੀ। ਅਤੇ ਤੁਹਾਨੂੰ ਜੇ ਇੱਥੇ ਇਹ ਵੀ ਐਡ ਕਰਦੇ ਹਾਂ ਕਿ ਰੰਧਾਵਾ ਦੀ ਦੇਣ ਤਾਂ ਬਹੁਤ ਵੱਡੀ ਹੈ। ਹਾਂਜੀ, ਉਹਨਾਂ ਨੇ ਗ੍ਰੀਨਰੀ ਚੰਡੀਗੜ੍ਹ ਨੂੰ ਦਿੱਤੀ, ਰੋਜ਼ ਗਾਰਡਨ, ਰੌਕ ਗਾਰਡਨ, ਆਪਣਾ ਲੇਕ, ਜਿੰਨੇ ਵੀ ਟੈਰਿਸ ਗਾਰਡਨ, ਬਿਲਕੁਲ ਚੰਡੀਗੜ੍ਹ ਨੂੰ ਹਰਾ ਭਰਾ ਬਣਾਉਣ ਦਾ ਸ਼੍ਰੇ ਉਹਨਾਂ ਨੂੰ ਜਾਂਦਾ ਜੀ। ਦੂਜਾ ਵੱਡਾ ਸ਼੍ਰੇ ਉਹਨਾਂ ਨੂੰ ਜਾਂਦਾ, ਜਿੱਡੇ ਵੱਡੇ ਲੇਖਕ ਕਲਾਕਾਰ ਸੀ ਉਹਨਾਂ ਨੂੰ ਰਹਿਣ ਵਾਸਤੇ ਘਰ ਦਿੱਤੇ। ਬਿਲਕੁਲ, ਅੰਮ੍ਰਿਤਾ ਪ੍ਰੀਤਮ ਨੂੰ ਘਰ ਦਿੱਤਾ, ਕਰਤਾਰ ਸਿੰਘ ਦੁੱਗਲ ਨੂੰ ਘਰ ਦਿੱਤਾ ਦਿੱਲੀ 'ਚ, ਇੱਥੇ ਵੀ ਜਿੰਨੇ ਵੀ ਲੋਕ ਸੀਗੇ ਉਹਨਾਂ ਨੂੰ ਪਲੋਟਸ ਦਿੱਤੇ ਜੀ, ਕਿਉਂਕਿ ਉਹ ਪਰਨਾਇਆ ਹੋਇਆ ਸੀਗਾ। ਸੋ ਰੰਧਾਵਾ ਦੀ ਗੱਲ ਚੱਲਦੀ ਤਾਂ ਮੈਂ ਐੱਮ ਐੱਸ ਰੰਧਾਵਾ ਨੂੰ ਚਿੱਠੀ ਲਿਖਦੀ ਹਾਂ ਜੀ ਕਿ ਮੈਂ ਕਵਿਤਾ ਲਿਖਦੀ ਹਾਂ ਅਤੇ ਮੈਂ ਜੀ ਕਰਦਾ ਕਿਤਾਬ ਛਪਾਵਾਂ ਅਤੇ ਤੁਸੀਂ ਉਹਦਾ ਮੁੱਖਬੰਦ ਲਿਖ ਦਿਓ। ਠੀਕ ਹੈ, ਉਹਦਾ 2 ਮਹੀਨੇ ਜਵਾਬ ਨਹੀਂ ਆਇਆ ਅਤੇ ਮੈਂ ਸੋਚਾਂ ਵੀ ਤੇਰਾ, ਤੈਨੂੰ ਅਕਲ ਹੈਗੀ, ਉਹ ਵਾਈਸ ਚੈਂਸਲਰ ਹੈ, ਆਈ ਸੀ ਐੱਸ ਔਫੀਸਰ ਹੈ ਵੀ ਤੇਰੀ ਚਿੱਠੀ ਦਾ ਜਵਾਬ ਦੇਊਗਾ। ਪਰ ਸੱਚ ਜਾਣੇ ਉਹ 2 ਮਹੀਨੇ ਬਾਅਦ ਉਹਦੀ ਚਿੱਠੀ ਆਉਂਦੀ ਹੈ ਮੈਨੂੰ ਕਿ ਮੇਰੀ ਪਿਆਰੀ ਮਨਜੀਤਿੰਦਰਾ, ਦੇਸੋਂ ਖਿਮਾ ਕਰਨਾ, ਦੇਸੋਂ ਬਾਹਰ ਗਏ ਹੋਣ ਕਰਕੇ ਤੁਹਾਡਾ ਜਵਾਬ 2 ਮਹੀਨੇ ਪਛੜ ਕੇ ਦੇ ਰਿਹਾ ਹਾਂ। ਇਹ ਮੈਨੂੰ ਜਾਣ ਕੇ ਖੁਸ਼ੀ ਹੋਈ ਤੁਸੀਂ ਕਵਿਤਾ ਲਿਖਦੇ ਹੋ, ਪਰ ਕਵਿਤਾ ਦੇ ਮਾਹਰ ਪ੍ਰੋਫੈਸਰ ਮੋਹਨ ਸਿੰਘ ਇੱਥੇ ਹਨ, ਤੁਸੀਂ ਉਹਨਾਂ ਨੂੰ ਮਿਲੋ, ਜੇ ਫਿਰ ਵੀ ਲੋੜ ਪਈ ਤਾਂ ਮੁੱਖਬੰਦ ਮੈਂ ਲਿਖੂੰਗਾ। ਹੁਣ ਤੁਸੀਂ ਕਹੋਗੇ ਮੈਂ ਇੱਥੇ ਗੱਲ ਕਹਿਣ ਲੱਗੀ ਹਾਂ, ਅੱਜ ਕੋਈ ਵੀ ਕੁੜੀ ਜੀ, ਔਰਤ ਕਿਸੇ ਬਿਊਰੋਕਰੈਟ ਨੂੰ ਚਿੱਠੀ ਲਿਖੇ, ਉਹ ਕਹੂ ਬੀਬੀ ਤੂੰ ਆ, ਆਪਾਂ ਸਾਰਾ ਕੁਛ ਕਰਾਂਗੇ। ਇਹ ਡਿਗਨਿਟੀ, ਇੱਕ ਡਿਗਨਿਟੀ ਜੀ, ਨਹੀਂ ਉਹ ਵਾਈਸ ਚੈਂਸਲਰ ਸੀ, ਬਿਲਕੁਲ, ਜਿਹਨੇ ਇੰਨੀਆਂ ਕਿਤਾਬਾਂ ਲਿਖੀਆਂ, ਲਿਖਵਾਈਆਂ ਲੋਕਾਂ ਤੋਂ। ਤੋ ਮੈਂ ਪ੍ਰੈਸ, ਉਹ ਤਾਰਿਆਂ ਦੇ ਛੱਜ ਵਿੱਚ ਹੈ, ਉੱਥੇ ਮੈਂ ਬਿਲਕੁਲ ਜ਼ਿਕਰ ਨਹੀਂ ਕਰਨਾ, ਤੁਸੀਂ, ਤੁਹਾਨੂੰ ਲੋੜ ਹੋਊਗੀ ਤੁਸੀਂ ਪੜ੍ਹ ਲਓਗੇ। ਬਿਲਕੁਲ, ਤੋ ਮੈਂ ਪ੍ਰੋਫੈਸਰ ਮੋਹਨ ਸਿੰਘ ਨੂੰ ਮਿਲੀ, ਕਿਵੇਂ ਮਿਲੀ, ਕਿਵੇਂ ਮਿਲਣ ਜਾਂਦੀ ਹਾਂ, ਕੀ ਹੁੰਦਾ ਸਾਰਾ ਜ਼ਿਕਰ, ਇਟਸ ਮੇਰੀ ਲਿਖੀ ਕਰਕੇ ਨਹੀਂ, ਵਾਕਈ ਇਹ ਕਿਤਾਬ ਮੈਨੂੰ ਅੰਮ੍ਰਿਤਾ ਜੀ ਨੇ ਲਿਖਵਾਈ ਹੈ। ਤੋ ਮੈਨੂੰ ਜਦੋਂ ਉਹਨਾਂ ਨੇ, ਮੈਂ ਉਹਨੂੰ ਮਿਲਣ ਗਈ ਤਾਂ ਮੈਨੂੰ ਕਹਿੰਦੇ ਸੁਣਾ ਫਿਰ ਮਨਜੀਤ ਇੰਦਰਾ, ਮੋਹਨ ਸਿੰਘ ਦੀ ਮੌਤ ਤੋਂ ਕਿੰਝ ਮਹਿਸੂਸ ਕੀਤੀ?
ਅਤੇ ਮੈਂ ਰੋਪੀ ਸੀ ਲਿਟਰਲੀ ਜੀ। ਮੈਂ ਕਿਹਾ ਕਿ ਮੈਨੂੰ ਇੰਝ ਲੱਗਿਆ ਇੱਕ ਸੁਨੇਹੀ ਜਿਹਾ ਹੱਥ ਮੇਰੇ ਸਿਰ ਤੋਂ ਉੱਠ ਗਿਆ ਅਤੇ ਉਹਨਾਂ ਵਾਂਗੂ ਪੁੱਤਰ ਮੈਨੂੰ ਕਿਸੇ ਨਹੀਂ ਕਹਿਣਾ। ਉਹ ਕਹਿੰਦੇ ਨੇ ਜੀਤੀ ਵੇਖੇ ਨਾ ਸੁਣੇ ਨਾ ਵੇਖੇ ਕੀ ਪਈ ਆਉਂਦੀ ਏ। ਉਹ ਕਹਿੰਦਾ ਟਰੇ ਲੈ ਕੇ ਇਮਰੋਜ਼ ਟਰੇ 'ਚ ਚਾਹ ਲੈ ਕੇ ਆ ਰਿਹਾ। ਕਹਿੰਦਾ ਸ਼ਾਇਰਾ ਜਿਹੜੇ ਵੀ ਲੇਖਕ ਸ਼ਾਇਰ ਅਕਸਰ ਪੰਜਾਬ ਤੋਂ ਆਇਆ ਕਰ ਸੀ ਦੱਸਿਆ ਕਰਦੇ ਸੀ ਮੋਹਨ ਸਿੰਘ ਇੱਕ ਛੋਟੀ ਜਿਹੀ ਖੂਬਸੂਰਤ ਕੁੜੀ ਇੰਦਰਾ ਨੂੰ ਇਸ਼ਕ ਕਰਦਾ ਨਾਲੇ ਪੁੱਤਰ ਤੇਰਾ ਨਾਂ ਸੀ ਮੋਹਨ ਸਿੰਘ ਦਾ ਰੱਖਿਆ ਹੋਇਆ। ਇੱਕ ਚੜ੍ਹੇ ਮੇਰੇ ਇੱਕ ਲਹੇ ਇੱਕ ਚੜ੍ਹੇ ਅੰਮ੍ਰਿਤਾ ਦੇ ਸਾਹਮਣੇ ਬੈਠੀ ਹਾਂ ਮੈਂ ਕੀ ਕਰਾਂ। ਮੇਰੇ ਜਿਵੇਂ ਕਹਿੰਦੇ ਹੁੰਦੇ ਨਾ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪ੍ਰੋਫੈਸਰ ਮੋਹਨ ਸਿੰਘ ਮੇਰੇ ਪਿਤਾ ਦੇ ਟੀਚਰ ਜੀ ਮੇਰਾ ਦਾਦਾ ਲੱਗਦਾ ਇਸ ਹਿਸਾਬ ਨਾਲ ਬਿਲਕੁਲ ਸੰਤ ਸਿੰਘ ਸਿੱਖ ਹੋ ਮੇਰੇ ਪਾਪਾ ਦੇ ਟੀਚਰ ਲਾਹੌਰ ਸਿੱਖ ਨੈਸ਼ਨਲ ਕਾਲਜ ਲਾਹੌਰ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਅਮਰਤਾ ਪ੍ਰੀਤਮ ਜਿਹੜੀ ਮੇਰੀ ਸਿਰਮੌਰ ਸਾਡੀ ਸ਼ਾਇਰਾ ਜਿਹਦੀ ਸ਼ਾਇਰੀ ਨੇ ਮੈਨੂੰ ਸ਼ਾਇਰ ਸ਼ਾਇਰੀ ਵੱਲ ਤੋਰਿਆ ਉਹ ਕਹਿ ਰਹੀ ਹੈ ਮੈਨੂੰ ਕਿ ਮੋਹਨ ਸਿੰਘ ਮੈਨੂੰ ਇਸ਼ਕ ਕਰਦਾ ਸੀ। ਮੈਂ ਕਿਹਾ ਜੀ ਮੈਂ ਤਾਂ ਉਹਨੂੰ ਅੱਜ ਵੀ ਇਸ਼ਕ ਮੈਂ ਕਿਹਾ ਅਮਰਤਾ ਉਹ ਤੈਨੂੰ ਇਸ਼ਕ ਕਰਦਾ ਸੀ। ਮੈਂ ਆਈ ਹੇਟ ਹਿਮ ਵਾਜ਼ ਹੀ ਏ ਪੋਇਟ ਹੀ ਵਾਜ਼ ਨੋਟ ਏ ਕ੍ਰਾਫਟਸਮੈਨ ਈਵਨ ਵਾਈ ਵੱਟ ਡੂ ਯੂ ਥਿੰਕ ਆਫ ਹਿਮ। ਮੈਂ ਕਿਹਾ ਵੈਲ ਆਈ ਰਾਈਟ ਨਾਓ। ਸੋ ਮੈਂ ਇਸ ਗੱਲੋਂ ਅਮਰਤਾ ਪ੍ਰੀਤਮ ਹੁਣਾਂ ਦੀ ਧੰਨਵਾਦੀ ਹਾਂ ਕਿ ਉਹਨਾਂ ਨੇ ਜਿਹੜੇ ਪ੍ਰੋਫੈਸਰ ਮੋਹਨ ਸਿੰਘ ਨਾਲ ਉਹ 10 ਸਾਲ 12 ਸਾਲ ਮੈਂ ਰੀਲਿਵ ਕੀਤੇ ਨੇ ਜੀ ਉਹ ਸਾਰੇ ਰੀਲਿਵ ਕੀਤੇ ਐਜ਼ ਇਟ ਇਜ਼। ਤੋ ਉਹ ਕਿਤਾਬ ਜਦੋਂ ਇਹ ਸੀ ਤਾਂ ਮੇਰੇ ਲਈ ਪਬਲਿਸ਼ਰਾਂ ਦੀ ਲਾਈਨ ਲੱਗੀ ਹੋਈ ਸੀ ਕਿੰਨੇ ਪੈਸੇ ਲਏਗੀ ਕਿਤਾਬ ਦੇ। ਤੋ ਚੋਇਸ ਮੇਰੀ ਸੀ ਵੀ ਮੈਂ ਕਿਹਨੂੰ ਕਿਤਾਬ ਦੇਣੀ। ਬਿਲਕੁਲ ਉਹ ਕਿਤਾਬ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨਾਲ ਮੈਂ ਪੜ੍ਹੀ ਵੀ ਮੈਨੂੰ ਇਹ ਮੈਂ ਕੌਨਸ਼ੀਅਸਲੀ ਕੀਤਾ ਸੀ ਜੀ। ਅਮ੍ਰਿਤਾ ਇੱਕ ਜਿਉਂਦੀ ਲੀਜੈਂਡਰੀ ਪੋਇਟ ਸੀ। ਮੋਹਨ ਸਿੰਘ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ ਲੀਜੈਂਡਰੀ ਪੋਇਟ ਸੀ। ਬਿਲਕੁਲ ਕਿਉਂਕਿ 3 ਮਈ 1978 ਨੂੰ ਪ੍ਰੋਫੈਸਰ ਮੋਹਨ ਸਿੰਘ ਦੀ ਡੈਥ ਹੋ ਜਾਂਦੀ ਹੈ ਅਤੇ 1980 ਵਿੱਚ ਜਾ ਕੇ ਮੈਂ ਅਮ੍ਰਿਤਾ ਜੀ ਨੂੰ ਮਿਲਦੀ ਹਾਂ 2 ਸਾਲਾਂ ਦੇ ਗੈਪ ਬਾਅਦ। ਉਹ ਕਿਤਾਬ ਮੈਨੂੰ ਇੱਕ ਐਡੀ ਵੱਡੀ ਲੇਖਕਾਂ ਨੂੰ ਮੈਂ ਅਮ੍ਰਿਤਾ ਦਾ ਨਾਂ ਅਮ੍ਰਿਤਾ ਉਹਦੇ 'ਚ ਮੋਹਨ ਸਿੰਘ ਦਾ ਨਾਂ ਮੋਹਨ ਸਿੰਘ ਹੈ ਚਾਹੇ ਉਹ 'ਚ ਗੁਲਜ਼ਾਰ ਸੰਧੂ ਹੈ ਚਾਹੇ ਉਹਦੇ 'ਚ ਮੀਸ਼ਾ ਆ ਚਾਹੇ ਉਹਦੇ 'ਚ ਪਾਤਰ ਹੈ ਚਾਹੇ ਉਹ 'ਚ ਗੁਰਭਜਨ ਗਿੱਲ ਹੈ ਅਤੇ ਚਾਹੇ ਉਹ 'ਚ ਸ਼ਮਸ਼ੇਰ ਸੰਧੂ ਹੈ। ਹੁਣ ਸ਼ਮਸ਼ੇਰ ਸੰਧੂ ਹਰਭਜਨ ਗਿੱਲ ਅਤੇ ਆਪਣਾ ਇਹਨਾਂ ਦੇ ਦਰਮਿਆਨ ਹਰਭਜਨ ਹਲਵਾਰ ਵੀ ਜਿਹੜਾ ਐਡੀਟਰ ਰਿਹਾ ਟ੍ਰਿਬਿਊਨ ਦਾ ਜੀ ਅਤੇ ਸ਼ਮਸ਼ੇਰ ਸੰਧੂ ਜਿਹਨੇ ਸੰਗੀਤਕਾਰ ਹੈ ਜਿਹੜਾ ਬਿਲਕੁਲ ਗੁਰੂ ਅਤੇ ਗੁਰਭਜਨ ਗਿੱਲ ਸਾਡਾ ਵੱਡਾ ਲੇਖਕ ਹੈ ਕਹਾਣੀਕਾਰ ਹੈ। ਮੇਰੇ ਔਰ ਮੈਂ ਖਾਲਸਾ ਕਾਲਜ ਦੇ ਲੁਧਿਆਣੇ ਦੀ ਗੱਲ ਕਰਦੀ ਹਾਂ ਮੇਰੇ ਔਰ ਉਹਨਾਂ ਦੇ ਦਰਮਿਆਨ ਮੋਹਨ ਸਿੰਘ ਇੱਕ ਵਗਦਾ ਸਮੁੰਦਰ ਸੀ ਜਿਹਨੂੰ ਟੱਪ ਕੇ ਨਾ ਮੈਂ ਜਾ ਸਕਦੀ ਸੀ ਮਤਲਬ ਇਹ ਮਤਲਬ ਜਿਹਨੂੰ ਕਹੋ ਵੀ ਤੁਸੀਂ ਆਗਿਆ ਨਹੀਂ ਸੀ ਹੁੰਦੀ ਕਿ ਮੇਰੇ ਨਾਲ ਕੋਈ ਗੱਲ ਕਰ ਸਕੇ ਇਹ ਵੀ ਡਿਸਕ੍ਰੈਡਿਟ ਹੈ ਮੇਰੇ ਲਈ। ਮੇਰਾ ਉਸ ਤਰ੍ਹਾਂ ਲੋਕਾਂ ਦੇ ਹੁੰਦੇ ਨੇ ਦੋਸਤੀਆਂ ਹੁੰਦੀਆਂ ਨੇ ਆਹ ਹੁੰਦੀਆਂ ਨੇ ਮੇਰੀ ਉਸ ਤਰ੍ਹਾਂ ਦੀ ਕੋਈ ਦੋਸਤੀ ਨਹੀਂ ਹੈ। ਸ਼ਿਵ ਕੁਮਾਰ ਬਟਾਲਵੀ ਨੂੰ ਮਿਲਣਾ ਮੋਹਨ ਸਿੰਘ ਨੇ ਸ਼ਿਵ ਕੁਮਾਰ ਬਟਾਲਵੀ ਨਹੀਂ ਮਿਲਣ ਦਿੱਤਾ
ਪਾਤਰ ਯੂਨੀਵਰਸਿਟੀ ਦੇ ਵਿੱਚ ਆਇਆ, ਪਾਤਰ ਅਤੇ ਮੇਰੀ ਦੋਸਤੀ 52 ਸਾਲ ਲੰਬੀ। ਲੇਕਿਨ ਜਦੋਂ ਮੈਂ ਪਹਿਲੀ ਵਾਰੀ ਬੜਾ ਉਹ ਤਾਰਿਆਂ ਸੱਚ ਮੈਂ ਲਿਖਿਆ, 3 ਚੈਪਟਰ ਹੈ ਪਾਤਰ ਦੇ ਉੱਤੇ, ਕਿੱਥੇ ਗਈ ਸੈਂ? ਮੈਂ ਕਿਹਾ ਜੀ ਪਾਤਰ ਕੋਲ ਸੀ। ਉਹ ਕਿਸੇ ਨੂੰ ਦੱਸਦਾ ਕਿ ਵੀ ਪ੍ਰੈਸ ਸਾਹਿਬ ਆ ਗਏ। ਪ੍ਰੋਫੈਸਰ ਮੋਹਨ ਸਿੰਘ ਪਾਤਰ ਨੂੰ ਜਗਰਾਵਾਂ ਦੇ ਛੋਟੇ ਜਿਹੇ ਕਾਲਜ ਵਿੱਚੋਂ ਲੈ ਕੇ ਆਏ ਜੀ। ਕਹਿੰਦੇ ਮੁੰਡਾ ਅੱਛਾ ਏ, ਅੱਛੀ ਕਵਿਤਾ ਗਜ਼ਲ ਲਿਖਦਾ ਏ, ਕਵਿਤਾ ਅੱਛੀ ਲਿਖਦਾ ਏ। ਸੋ ਉਹਨੂੰ ਰੰਧਾਵਾ ਸਾਹਿਬ ਨੂੰ ਕਹਿ ਕੇ, ਇਹ ਵੱਡੀ ਦੇਣ ਹੈ, ਪਾਤਰ ਨੂੰ ਐਜ਼ ਰਿਸਰਚ ਅਸਿਸਟੈਂਟ ਲੈ ਕੇ ਆਏ ਸੀ ਉਹ। ਤਾਂ ਪਾਤਰ ਪ੍ਰੋਫੈਸਰ ਬਣਿਆ ਫਿਰ ਉਸ ਯੂਨੀਵਰਸਿਟੀ 'ਚ। ਤਾਂ ਮੈਂ ਪ੍ਰੋਫੈਸਰ ਮੋਹਨ ਸਿੰਘ ਕੋਲ ਅਕਸਰ ਮੈਂ ਨਹੀਂ ਜਾਂਦੀ ਸੀ, ਪ੍ਰੋਫੈਸਰ ਮੋਹਨ ਸਿੰਘ ਆਉਂਦੇ ਸੀ ਮੇਰੇ ਘਰ ਲੁਧਿਆਣਾ। ਮੈਂ ਰਹਿਣ ਵਾਲੀ ਹੋਵਾਂ ਪਰ ਉਹ ਪੁਰਾਣਾ ਲੁਧਿਆਣਾ ਜਿਹੜਾ ਉਹ ਸਾਰਾ ਪੈਰੀਂ ਤੁਰ ਕੇ ਮੈਂ ਪ੍ਰੋਫੈਸਰ ਮੋਹਨ ਸਿੰਘ ਨਾਲ ਦੇਖਿਆ। ਐਗਰੀਕਲਚਰ ਯੂਨੀਵਰਸਿਟੀ ਤੋਂ ਲੈ ਕੇ ਜਿਹੜੀ ਆਹ ਦੁਰਾਹੇ ਵਾਲੀ ਨਹਿਰ ਫਿਰ ਜਬ ਉੱਧਰ ਚ ਲੁਧਿਆਣੇ ਪਹੁੰਚ ਜਾਂਦੀ ਹੈ, ਉੱਥੋਂ ਤੱਕ ਸੈਕਰੇਟ ਕੋਨਵੈਂਟ ਹਾਈ ਸਕੂਲ ਦੇ ਅੱਗਿਓਂ ਦੀ ਲੰਘ ਕੇ ਲਾਈਨਾਂ ਟੱਪ ਕੇ, ਤੋ ਮੈਂ ਇਹ ਸਾਰਾ ਦੇਖਿਆ। ਚੌੜੇ ਬਾਜ਼ਾਰ 'ਚ ਜਾਣਾ, ਮੈਂ ਪ੍ਰਕਾਸ਼ ਦੇ, ਹੁਣ ਤਾਂ ਸਾਰਾ ਕੁਛ ਬਦਲ ਗਿਆ, ਸਾਰਾ ਕੁਛ ਹੀ ਬਦਲ ਗਿਆ। ਮੇਰਾ ਖਿਆਲ ਹੈ ਪ੍ਰੋਫੈਸਰ ਮੋਹਨ ਸਿੰਘ ਨੇ ਮੈਨੂੰ ਕਿਹਾ, ਮੇਰਾ ਘਰ ਮਿਲਰਗੰਜ ਸੀ ਅਤੇ ਆ ਰਹੇ ਹਾਂ, ਪੁਲ ਆ ਗਿਆ ਅਤੇ ਆਪਾਂ ਇਹ ਰਿਕਸ਼ਾ ਇੱਥੇ ਹੀ ਛੋੜ ਦਿੰਦੇ ਹਾਂ, ਅੱਗੇ ਜਾ ਕੇ ਦੂਸਰਾ ਰਿਕਸ਼ਾ ਪਕੜ ਲੈਂਦੇ ਹਾਂ। ਮੈਂ ਬੋਲਣ ਇੱਦਾਂ ਹੀ ਲੱਗ ਗਈ ਸੀ ਉਹਨਾਂ ਨਾਲ, ਪਠਵਾਰੀ ਬੋਲਦੇ ਸੀ ਉਹ। ਅਤੇ ਕਹਿੰਦੇ ਨੇ ਸਰਕਾਰ ਨੂੰ ਇੱਥੇ ਪੁਲ ਬਣਾ ਦੇਣਾ ਚਾਹੀਦਾ, ਟਾਈਮ ਬੜਾ ਖਰਾਬ ਹੁੰਦਾ ਹੈ। ਸੋ ਦੇਖੋ ਹੁਣ ਪੁਲ ਬਣੇ ਹੋਏ ਨੇ, ਕਿਸੇ ਦਾ ਟਾਈਮ ਨਹੀਂ ਖਰਾਬ ਹੁੰਦਾ। ਬਿਲਕੁਲ। ਸੋ ਮੈਂ ਜਦੋਂ ਮੋਹਨ ਸਿੰਘ ਹੁਣਾਂ ਕੋਲ ਗਈ 69 ਦਸੰਬਰ 'ਚ, ਨਵੰਬਰ 'ਚ, ਮੈਨੂੰ ਕਹਿੰਦੇ ਆ ਜਾਇਆ ਕਰ, ਕਵਿਤਾ ਸੁਣਾ ਜਾਇਆ ਕਰ, ਵੇ ਕੀ ਹੋਇਆ। ਉਹ ਇਹ ਵਿਚਲਾ ਪੋਰਸ਼ਨ, ਕਿਉਂਕਿ ਲੰਬਾ ਮੈਂ ਦੱਸਣਾ ਵੀ ਨਹੀਂ, ਕੋਈ ਕਰਿਓਸਿਟੀ ਰੱਖਣੀ ਚਾਹੁੰਦੀ ਹਾਂ ਤੁਹਾਨੂੰ, ਤੁਹਾਡੀ ਲੋਕਾਂ ਦੀ, ਕਿ ਮੈਂ ਜਿਹੜੀਆਂ ਕਵਿਤਾਵਾਂ ਅੰਮ੍ਰਿਤਾ ਪ੍ਰੀਤਮ 'ਤੇ ਲਿਖੀਆਂ ਸੀਗੀਆਂ, ਕਿਉਂਕਿ ਮੇਰੀ ਅੰਮ੍ਰਿਤਾ ਪ੍ਰੀਤਮ, ਮੈਨੂੰ ਨਹੀਂ ਸੀ ਪਤਾ ਕਿ ਮੋਹਨ ਸਿੰਘ ਨੂੰ ਅੰਮ੍ਰਿਤਾ ਪ੍ਰੀਤਮ ਦਾ ਕੋਈ ਮੁਹੱਬਤ ਦਾ ਹੈ ਸਿਲਸਿਲਾ, ਕੋਈ ਇੱਦਾਂ ਦੀ ਗੱਲ ਹੈ, ਆਈ ਨੈਵਰ ਨਿਊ। 18-19 ਸਾਲਾਂ ਦੇ ਨਾਲੇ ਸਾਡੇ ਵੇਲੇ ਮਾਹੌਲ ਹੋਰ ਤਰ੍ਹਾਂ ਦਾ ਹੁੰਦਾ ਸੀ, ਹੈ ਨਾ। ਤੋ ਮੈਨੂੰ ਜਿਸ ਲਈ ਉਹਨਾਂ ਨੇ ਕਿਹਾ ਵੀ ਆ ਜਾਇਆ ਕਰ, ਕਵਿਤਾ ਸੁਣਾ ਜਾਇਆ ਕਰ, ਇਹ ਕੀ ਗੱਲ ਹੋਈ? ਪ੍ਰੋਫੈਸਰ ਮੋਹਨ ਸਿੰਘ ਨੇ ਸ਼ਾਇਦ ਮੇਰੀਆਂ ਅੱਖਾਂ 'ਚ ਪੜ੍ਹ ਲਿਆ ਸੀਗਾ ਜਾਂ ਮੇਰੇ ਚਿਹਰੇ ਤੋਂ ਪੜ੍ਹ ਲਿਆ ਸੀਗਾ ਵੀ ਇਹ ਕੁੜੀ ਮੁੱਖਬੰਧ ਲਿਖਾਉਣ ਆਈ। ਅਤੇ ਮੈਂ ਫਿਰ ਉਹਨਾਂ ਨੇ ਮੈਨੂੰ ਇੱਕ ਚਿੱਠੀ ਲਿਖੀ, ਮੇਰੀ ਪਿਆਰੀ ਮਨਜੀਤਿੰਦਰਾ, ਤੇਰੇ ਵਿੱਚ ਕਿਸੇ ਹੱਦ ਤੱਕ ਕਵੀ ਦਾ ਦਿਲ ਹੈ ਅਤੇ ਕਵਿਤਾ ਵੀ, ਪਰ ਜਿਸ ਦਿਨ ਤੇਰਾ ਕਾਵਿ ਹੁਨਰ ਤੇਰੇ ਦਿਲ ਦਾ ਹਾਣੀ ਹੋ ਗਿਆ, ਦੁਨੀਆ ਆਪੇ ਮੰਨ ਜਾਏਗੀ। ਇਹ ਇਹ ਚੀਜ਼ ਮੈਂ ਹਰ ਇੱਕ ਤੇ ਲਾਗੂ ਹੁੰਦੀ ਹੈ, ਮਨਜੀਤਿੰਦਰਾ 'ਤੇ ਲਾਗੂ ਨਹੀਂ ਹੁੰਦੀ। ਜਿਹੜੇ ਅੱਜ ਕੱਲ੍ਹ ਦੇ ਬੱਚੇ ਨਹੀਂ ਸਮਝਦੇ, ਫੇਸਬੁੱਕ 'ਤੇ ਪਾਇਆ ਉਹ ਲਾਈਕ ਦਿਖਾਈਆਂ, ਉਹ ਕਹਿੰਦੇ ਨੇ ਪਤਾ ਨਹੀਂ ਅਸੀਂ ਕੀ ਬਣ ਗਏ, ਕੋਈ ਨਹੀਂ ਪੜ੍ਹਦਾ ਫੇਸਬੁੱਕ 'ਤੇ। ਤੋ ਬਈ ਇਹ ਕਿਤਾਬ ਫਿਰ ਪ੍ਰੋਫੈਸਰ ਮੋਹਨ ਸਿੰਘ 74 ਦੇ ਵਿੱਚ ਕਹਿੰਦੇ ਮੇਰੀ ਕਵਿਤਾ ਗਾ ਰਹੇ ਹੈ, ਕੌਣ ਅੰਤਾ ਕਰਨ ਦੀ ਸੁਣਦਾ ਸੱਜਣ, ਕਿੰਜ ਆਖਾਂ ਕੀ ਕਹੇ ਅੰਤਾ ਕਰਨ। ਮੈਨੂੰ ਹੈਰਾਨੀ ਹੋਈ ਕਿ ਐਡਾ ਵੱਡਾ ਸ਼ਾਇਰ
ਮੇਰੀ ਸ਼ਾਇਰੀ ਗਾ ਰਿਹਾ। ਮਨਜੀਤ ਤੇਰੀ ਕਿਤਾਬ ਛਾਪ ਦਿੰਦੇ ਹਾਂ, ਉਹਦਾ ਨਾਂ ਰੱਖਾਂਗੇ ਅੰਤਾ ਕਰਨ। ਮੈਂ ਆਪੂ ਲਿਖਾਂਗਾ ਇਹਦਾ ਮੁੱਖ ਬੰਦ, ਆਪੂ ਹੀ ਮੈਂ ਛਾਪਣ ਵਾਸਤੇ ਭੇਜਾਂਗਾ। ਅਤੇ ਮੇਰੇ ਵਾਸਤੇ ਛੋਟੀ ਗੱਲ ਸੀ, ਇਹ ਬਹੁਤ ਵੱਡੀ ਗੱਲ ਸੀ। ਸੋ ਪ੍ਰੋਫੈਸਰ ਮੋਹਨ ਸਿੰਘ ਨੇ ਉਹਦਾ ਮੁੱਖ ਬੰਦ ਲਿਖਿਆ, ਮੇਰੀਆਂ ਕਵਿਤਾਵਾਂ ਦੇ ਵਿੱਚੋਂ ਚੋਣ ਵੀ ਉਹਨਾਂ ਨੇ ਕੀਤੀ। ਮੇਰੀ ਉਹ ਕਿਤਾਬ ਨਾਨਕ ਸਿੰਘ ਨਾਵਲਿਸਟ ਦੇ ਬੇਟੇ ਕੁਲਵੰਤ ਸੂਰੀ ਨੇ ਛਾਪੀ, ਮੇਰੇ ਲਈ ਛੋਟੀ ਗੱਲ ਨਹੀਂ ਸੀ ਬਿਲਕੁਲ। ਸੋ ਉਸ ਤੋਂ ਬਾਅਦ ਮੈਂ ਮੇਰਾ ਖਿਆਲ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ। ਹਾਂ, ਮੈਨੂੰ ਪ੍ਰੋਫੈਸਰ ਮੋਹਨ ਸਿੰਘ ਨੇ ਬਹੁਤ ਪੜ੍ਹਾਇਆ, ਮਾਤਾ ਪਿਤਾ ਕੋਲੋਂ ਤਾਂ ਮੈਂ ਸਿਲੇਬਸ ਦੀਆਂ ਕਿਤਾਬਾਂ ਪੜ੍ਹੀਆਂ, ਜਾਂ ਨਾਨਕ ਸਿੰਘ ਦਾ ਨਾਵਲ, ਨਾਨਕ ਸਿੰਘ ਦੇ ਸਾਰੇ ਨਾਵਲ ਮੈਂ ਆਪਣੇ ਫਿਜ਼ਿਕਸ ਦੀ ਕਿਤਾਬ ਦੇ ਟਾਈਟਲ 'ਚ ਰੱਖ ਕੇ ਪੜ੍ਹੇ ਜੀ। ਵੀ ਘਰਦਿਆਂ ਨੂੰ ਇਹ ਹੁੰਦਾ ਸੀ ਮੈਂ ਫਿਜ਼ਿਕਸ ਪੜ੍ਹ ਰਹੀ ਹਾਂ ਜਾਂ ਕੈਮਿਸਟਰੀ ਪੜ੍ਹ ਰਹੀ ਹਾਂ, ਅਤੇ ਮੈਂ ਨਾਵਲ ਪੜ੍ਹ ਰਹੀ ਹੁੰਦੀ ਸੀ। ਸੋ 85 ਵਿੱਚ ਮੇਰੀ ਫਿਰ ਦੂਜੀ ਕਿਤਾਬ ਛਪਦੀ ਹੈ। ਮੈਨੂੰ ਮੇਰੇ ਜਿਹੜਾ ਹੈਗਾ ਵਿਸ਼ਵਨਾਥ ਤਿਵਾੜੀ ਜੀ, ਜਿਹਨਾਂ ਦਾ ਬੇਟਾ ਮਨੀਸ਼ ਤਿਵਾੜੀ ਹੁਣ ਹੈ, ਤੁਸੀਂ ਤਾਂ ਮਨੀਸ਼ ਤਿਵਾੜੀ ਨੂੰ ਹੀ ਜਾਣਦੇ ਹੋਵੋਗੇ ਬਿਲਕੁਲ। ਤਾਂ ਮੈਂ ਤਾਂ ਵਿਸ਼ਵਨਾਥ ਤਿਵਾੜੀ ਨੇ, ਮੇਰਾ ਖਿਆਲ ਹੈ ਕਿ ਮੈਂ ਲੁਧਿਆਣੇ ਤੋਂ ਜਿੰਨਾ ਕੁ ਮੈਨੂੰ ਯੂਨੀਵਰਸਿਟੀ ਦੇ ਵਿੱਚ ਇਸ 'ਚ ਬੁਲਾਇਆ, ਮੈਂ ਕਵਿਤਾ ਪੜ੍ਹੀਆਂ। ਅਤੇ ਇੱਕ ਵਾਰ ਰਾਤ ਨੂੰ ਉੱਥੇ ਸਾਰੇ ਪ੍ਰਭਜੋਤ ਕੌਰ, ਸੰਤ ਸਿੰਘ ਸੇਖੋਂ, ਵੱਡੇ ਵੱਡੇ ਲੇਖਕ ਸੀਗੇ। ਮੈਂ ਬਹੁਤ ਵੱਡੇ ਲੇਖਕਾਂ ਨੂੰ, ਉਹ ਪਰਮਾਤਮਾ ਦੀ ਬੜੀ ਮਿਹਰ ਹੈ, ਇਹ ਸ਼੍ਰੇ ਰੰਧਾਵਾ ਸਾਹਿਬ ਨੂੰ ਅਤੇ ਪ੍ਰੋਫੈਸਰ ਮੋਹਨ ਸਿੰਘ ਨੂੰ ਜਾਂਦਾ ਕਿ ਮੈਂ ਬਹੁਤ ਜਿਹੜੇ ਜਿਨ੍ਹਾਂ ਲੇਖਕਾਂ ਤੱਕ ਜਿਹੜੇ ਤੁਸੀਂ ਕਿਤਾਬਾਂ 'ਚ ਹੀ ਦੇਖੇ ਹੋਣਗੇ, ਜਿਹੜੇ ਇਸ ਦੁਨੀਆਂ ਨੂੰ ਰੁਖਸਤ ਕਰ ਗਏ, ਮੈਂ ਉਹਨਾਂ ਲੇਖਕਾਂ ਨੂੰ ਮਿਲੀ ਹਾਂ। ਤੋ ਮੈਨੂੰ ਡਾਕਟਰ ਅਤਰ ਸਿੰਘ ਕਹਿੰਦੇ, ਜੇ ਅਤਰ ਸਿੰਘ ਦਾ ਨਾਂ ਕਿਸੇ ਨੇ ਸੁਣਿਆ ਹੋਵੇ, ਵਿਦਵਾਨ, ਉਹ ਵਿਦਵਾਨ ਜਿਹਨੇ ਜਿਹੜਾ ਲੌਂਗੋਵਾਲ ਸਮਝੌਤਾ ਸੀਗਾ, ਰਾਜੀਵ ਲੌਂਗੋਵਾਲ ਸਮਝੌਤਾ, ਉਹ ਤਿਆਰ ਕੀਤਾ। ਇਹ ਛੋਟੀ ਗੱਲ ਨਹੀਂ ਹੈਗੀ, ਉਹਨਾਂ ਨੇ ਤਿਆਰ ਕੀਤਾ ਸੀ। ਉਹਨਾਂ ਦਾ ਕਹਿਣਾ ਕਿ ਤੇਰੀ ਮੁੱਖ ਬੰਦ ਮੈਂ ਲਿਖੂੰਗਾ। ਡਾਕਟਰ ਤਿਵਾੜੀ ਕਹਿੰਦੇ ਤੇ ਸੋਚਦੇ ਤੇ ਮੁੱਖ ਬੰਦ ਮੈਂ ਲਿਖੂੰਗਾ, ਪਰ ਫਿਰ ਮੈਂ ਕਿਹਾ ਵੀ ਵਿਦਵਾਨ ਬੰਦਾ ਜਿਹੜਾ ਆ, ਜਿਹੜਾ ਵਧੀਆ ਸਖਸ਼, ਸਭ ਤੋਂ ਵਧੀਆ ਇਨਸਾਨ ਤਿਵਾੜੀ ਸੀ, ਜਿਹਦੇ ਨਾਲ ਰਾਤ ਨੂੰ ਹਨੇਰੇ 'ਚ ਤੁਰੀ ਜਾਂਦੀ ਕੋਈ ਕੁੜੀ ਪੂਰੀ ਸੇਫ ਸੀ, ਸ਼ਾਇਦ ਉਹ ਆਪਣੇ ਮਾਂ ਆਪਣੇ ਪਿਓ ਭਰਾ ਨਾਲ ਵੀ ਨਾ ਹੋਵੇ, ਮਤਲਬ ਇਹ ਉਸਦਾ, ਉਹ ਇਸ ਕਰੈਕਟਰ ਦਾ ਮਾਲਕ ਸੀਗਾ। ਸੋ ਮੇਰੀ ਕਿਤਾਬ ਦਾ ਮੁੱਖ ਬੰਦ ਡਾਕਟਰ ਅਤਰ ਸਿੰਘ ਨੇ ਲਿਖਿਆ ਜੀ। ਤੋ ਇਹ ਕਿਤਾਬ ਮੇਰੀ ਆਈ 85 ਚ, ਪਹਿਲੀ ਕਿਤਾਬ ਮੇਰੀ ਆਉਂਦੀ ਹੈ 74 ਚ। ਇਹ ਜਿਹੜਾ 11-12 ਸਾਲ ਦਾ ਗੈਪ ਹੈ, ਇਹ ਉਹੀ ਗੱਲ ਹੈ। ਪ੍ਰੋਫੈਸਰ ਮੋਹਨ ਸਿੰਘ ਕਹਿੰਦੇ ਜਿਹੜੀ ਗੱਲ ਹੋਵੇ ਸਹਿਜੇ ਹੋਵੇ, ਤੋ ਜਿੰਨਾ ਚਿਰ ਤੁਸੀਂ ਪੜ੍ਹਦੇ ਨਹੀਂ ਹੈਗੇ, ਜਿੰਨਾ ਚਿਰ ਤੱਕ ਤੁਸੀਂ ਆਪਣੀਆਂ ਅੱਖਾਂ ਖੋਲ੍ਹ ਕੇ ਆਪਣਾ ਆਲਾ ਦੁਆਲਾ ਨਹੀਂ ਦੇਖਦੇ, ਆਪਣੇ ਲੋਕ ਨਹੀਂ ਦੇਖਦੇ, ਲੋਕਾਂ ਦੀਆਂ ਦਰਦ ਨਹੀਂ ਦੇਖਦੇ, ਖੁਸ਼ੀਆਂ ਤਾਂ ਸਾਰਿਆਂ ਦੀਆਂ ਹੁੰਦੀਆਂ ਨੇ ਬਿਲਕੁਲ। ਤੋ ਮੇਰੇ ਅੰਦਰ ਇੱਕ ਜਗਿਆਸਾ ਇਹ ਹੋਈ, ਜਿਹੜੀ ਮੇਰੀ ਕਾਲਾ ਬਾਗ ਕਵਿਤਾ ਹੈ, ਉਹ ਔਰਤ ਦੀ ਕੌਨਸ਼ੀਅਸਨੈਸ ਦੀ ਕਵਿਤਾ ਹੈ। ਤੁਸੀਂ ਬੈਠੇ ਹੋ,
ਮੈਂ ਬੈਠੀ ਹਾਂ, ਇਹ ਦਿਖਦਾ ਵੀ ਹਾਂ ਮਨਜੀਤ ਇੰਦਰਾ ਬੈਠੀ ਹੈ ਅਤੇ, ਲੇਕਿਨ ਮੇਰੇ ਅੰਦਰ ਜਿਹੜੀ ਮੇਰੇ ਅੰਦਰ ਦੀ ਮਨਜੀਤ ਇੰਦਰਾ ਆ ਜਿਹਨੂੰ ਮੈਂ ਜਾਣਦੀ ਹਾਂ, ਜਿਹਨੂੰ ਤੁਸੀਂ ਲੋਕ ਨਹੀਂ ਜਾਣਦੇ, ਜਿਹੜੀ ਪਰਤ ਦਰ ਪਰਤ ਪਈ ਔਰਤ ਹੈ, ਜਿਹੜੀਆਂ ਪਰਤ ਦਰ ਪਰਤ ਪਈਆਂ ਤਹਿਾਂ ਨੇ, ਮੈਂ ਉਹਨਾਂ ਤਹਿਾਂ ਨੂੰ ਖੋਲ੍ਹਿਆ। ਬਿਲਕੁਲ। ਉਹਨਾਂ ਤਹਿਾਂ ਬਾਰੇ ਮੈਂ ਨਜ਼ਮ ਲਿਖੀ, ਜਿਹੜੀਆਂ ਨਜ਼ਮਾਂ ਮੇਰੀਆਂ ਅਮਰਤਾ ਪ੍ਰੀਤਮ ਦੇ ਮੈਗਜ਼ੀਨ ਦੇ ਵਿੱਚ ਦੀ ਮੈਂ ਕਹਿੰਦੀ ਹਾਂ ਵੀ ਮੇਰੀਆਂ ਕਵਿਤਾਵਾਂ ਮਾਣ ਲੈਂਦੀਆਂ ਨੇ ਕਿ ਮੈਂ ਨਾਗਮਣੀ ਵਿੱਚ ਛਪਦੀ ਰਹੀ ਹਾਂ ਆਪਣੇ ਇਮਰੋਜ਼ ਦੇ ਬਣਾਏ ਹੋਏ ਸਕੈਚਿਸ ਦੇ ਨਾਲ। ਬਿਲਕੁਲ। ਤੋ ਇਹ ਸਿਲਸਿਲਾ ਹੈਗਾ। ਫਿਰ ਮੇਰੀ ਕਿਤਾਬ ਆਉਂਦੀ ਹੈਗੀ ਹੈ ਜਦੋਂ ਬਲੂ ਸਟਾਰ ਓਪਰੇਸ਼ਨ ਦਾ ਅਸੀਂ ਸਾਰੇ ਦੇਖਦੇ ਹਾਂ। ਬਿਲਕੁਲ। 1947 ਤਾਂ ਅਸੀਂ ਨਹੀਂ ਹੰਢਾਇਆ ਜੀ, 1947 ਦਾ ਸਾਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ ਵੀ ਕੀ ਹੋਇਆ। ਕਹਾਣੀਆਂ ਸੁਣਦੇ ਹਾਂ, ਅੰਮ੍ਰਿਤਾ ਪ੍ਰੀਤਮ ਦੀ ਨਜ਼ਮ ਹੈ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ, ਅੱਜ ਕਿਤਾਬ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਜਿੱਥੇ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ, ਉੱਠ ਦਰਦਮੰਦਾਂ ਦੇ ਦਰਦੀਆ, ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿੱਛੀਆਂ ਅਤੇ ਲਹੂ ਦੀ ਭਰੀ ਚਨਾਬ, ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਮਿਲਾ, ਅਤੇ ਉਹਨਾਂ ਪਾਣੀਆਂ ਧਰਤ ਨੂੰ ਕਿਸੇ ਦਿੱਤਾ ਪਾਣੀ ਲਾ। ਇਹ ਨਜ਼ਮ ਲਿਖਣ ਵਾਲੀ ਸ਼ਾਇਰਾ ਐਪ 47 ਦਾ ਇਹ ਹਾਲ ਹੋਆ, ਜਾਂ ਉਹਦੀ ਨਜ਼ਮ ਹੈਗੀ ਕਿ ਮੇਰੀ ਮਾਂ ਦੀ ਕੁੱਖ ਮਜ਼ਬੂਰ, ਮੈਂ ਫਲ ਹਾਂ ਉਸ ਵਕਤ ਦਾ ਕਿ ਮੇਰੀ ਮਾਂ ਦੀ ਕੁੱਖ ਮਜ਼ਬੂਰ ਸੀ। ਇਹ ਇਹ ਜਿਹੜੀਆਂ ਕਵਿਤਾਵਾਂ ਨੇ ਦਿਲ ਨੂੰ ਹਲੂਣ ਦੀਆਂ ਨੇ, ਦਿਲ ਮਤਲਬ ਤੁਹਾਡੇ ਲੂੰ ਕੰਡੇ ਖੜ੍ਹੇ ਕਰਦੀਆਂ ਨੇ। ਮੈਨੂੰ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਇਸ ਕਰਕੇ ਵੀ ਖਿੱਚ ਵਾਲੀ ਲੱਗੀ। ਪ੍ਰੋਫੈਸਰ ਮੋਹਨ ਸਿੰਘ ਦੀ ਸ਼ਾਇਰੀ ਮੈਨੂੰ ਬਹੁਤ ਅੱਛੀ ਲੱਗੀ। ਇਹ ਨਹੀਂ ਕਿ ਮੈਨੂੰ ਹੋਰ ਸ਼ਾਇਰ ਨਹੀਂ ਚੰਗੇ ਲੱਗੇ, ਅੰਮ੍ਰਿਤਾ ਪ੍ਰੀਤਮ ਦੀ ਸ਼ਾਇਰੀ ਤਾਂ ਮੇਰੇ ਦਿਲ 'ਚ ਖੁਬੀ। ਪ੍ਰੋਫੈਸਰ ਮੋਹਨ ਸਿੰਘ ਦੀ ਸ਼ਾਇਰੀ ਮੈਂ ਉਹਦੀ ਵੰਨਗੀਆਂ ਉਸ ਦੀਆਂ ਕਿ ਤੁਸੀਂ ਦੇਸ਼ ਪਿਆਰ ਦੀ ਉਦਾਹਰਨ ਦੇਣੀ ਹੈ ਤਾਂ ਉਹਦੀ ਕਵਿਤਾ ਹੈਗੀ ਹੈ, ਰੁੱਖੇ ਪਰਬਤ ਖੈਬਰੀ ਦਿੱਸੇ ਨਾ ਤੀਲਾ, ਹੱਡਾਂ ਖੱਡਾਂ ਵਾਛਾਂ ਅੱਡੀਆਂ ਸੱਜੇ ਅਤੇ ਖੱਬੇ, ਸਿਰ ਤਲਵਾਈਆਂ ਘਾਟੀਆਂ ਨਾ ਚੱਲੇ ਹੀਲਾ, ਕਿੱਲੀ ਖਾਨ ਜ਼ਮਾਨ ਦੀ ਚੋਟੀ 'ਤੇ ਫੱਬੇ। ਉੱਥੇ ਇੱਕ ਜਿਹੜਾ ਨਲੂਆ ਆ ਉਹ ਰਾਹ ਦੇਖਦਾ ਵੀ ਇਹ ਕਿਲੇ ਨੂੰ ਜਾਣ ਵਾਲਾ ਰਾਹ ਕਿੱਦਾਂ ਦਾ ਹੋਊਗਾ। ਉੱਥੇ ਇੱਕ ਦੇਖਦੇ ਆ ਇੱਕ ਬੁੱਢਾ ਆ ਅਤੇ ਇੱਕ ਉਹਦੇ ਨਾਲ ਬੱਚਾ ਆ ਜੀ, ਕਿਉਂਕਿ ਬਹੁਤ ਲੰਬੀ ਕਵਿਤਾ ਇਹ, ਅਤੇ ਪਕੜ ਲਿਆ ਏ ਦੋਹਾਂ ਨੂੰ ਨਲੂਏ ਦੇ ਅੱਗੇ, ਕਰਕੇ ਮੁੱਛਾਂ ਮਤਲਬ ਉਹਨਾਂ ਵੱਲ ਕਦਮ ਦਿਓ ਨਲੂਏ ਨੇ ਪੁੱਟੇ, ਦੱਸ ਦਿਓ ਰਾਹ ਕਿੱਲੀ ਦਾ ਨਹੀਂ ਤਾਂ ਅੰਦਰ ਖੱਡ ਦੇ ਜਾਓਗੇ ਸੁੱਟੇ। ਉੱਥੇ ਇੱਕ ਜਦੋਂ ਇਹ ਤੁਸੀਂ ਦੇਖਣਾ ਕਿ ਕਰਕੇ ਅੱਖਾਂ ਨਿੱਕੀਆਂ ਅਤੇ ਵਾਜ ਛੁਟੇਰੀ, ਹੌਲੀ ਹੌਲੀ ਆਖਿਆ ਫਿਰ ਬੁੱਢੇ ਬਾਵੇ, ਸੁੱਟ ਦਿਓ ਜੇ ਇਸ ਨੂੰ ਦੰਦੀ ਤੋਂ ਹੇਠਾਂ ਪੋਤਾ, ਸੁੱਟ ਦਿਓ ਜੇ ਇਸ ਨੂੰ ਦੰਦੀ ਤੋਂ ਹੇਠਾਂ, ਰਾਹ ਕਿੱਲੀ ਦਾ ਖੋਲ੍ਹ ਕੇ ਮੈਂ ਦੱਸਾਂ ਸਾਰਾ।
ਜੇ ਮੇਰੇ ਪੋਤੇ ਨੂੰ ਸਿੱਟ ਦਿਓ, ਚਾਇਆ ਇੱਕ ਜਵਾਨ ਨੇ ਮੁੰਡੇ ਨੂੰ ਸੁੱਕਾ, ਵਿੱਚ ਪਤਾਲੀ ਖੱਡ ਦੇ ਸਿਰ ਪਰ ਨੇ ਵਾਹਿਆ, ਹੋਇਆ ਨੱਡਾ ਟੈਂਦਿਆਂ ਹੀ ਤੁੱਕਾ ਤੁੱਕਾ, ਵੱਟ ਕੇ ਮੁੱਛਾਂ ਬੁੱਢੜੇ ਲਲਕਾਰਾ ਲਾਇਆ, ਨਹੀਂ ਸੀ ਤੈਨੂੰ ਦੱਸਿਆ ਸਿੰਘਾ ਸਰਦਾਰਾ, ਮਤਾ ਲੂਆਂ ਛੋਕਰਾ ਤੱਕ ਲਸ਼ਕਰ ਭਾਰੀ, ਆਪਣੀ ਅਣਖੀ ਕੌਮ ਨੂੰ ਝਾ ਵੱਟਾ ਲਾਵੇ, ਨਾ ਹੁਣ ਖੱਡਾਂ ਪਾਉਂਦੀਆਂ, ਨਾ ਧਮਕੀ ਕਾਈ, ਨਾ ਤਲਵਾਰਾਂ ਨੰਗੀਆਂ, ਨਾ ਚਿਹਰਾ ਸੂਹਾ, ਇੱਕ ਬੁੱਢੇ ਦੀ ਚੀਰ ਕੇ ਤੇਰੀ ਸਰਵਾਹੀ, ਸਰਵਾਹੀ ਤਲਵਾਰ, ਇੱਕ ਬੁੱਢੇ ਦੀ ਚੀਰ ਕੇ ਤੇਰੀ ਸਰਵਾਹੀ, ਲੱਭੇਗੀ ਹੁਣ ਸੋਹਣਿਆ ਕਿੱਲੀ ਦਾ ਬੂਹਾ। ਤੋ ਇਹ ਇਸ ਕਿਸਮ ਦੀਆਂ ਸਸ਼ਕਤ ਨਜ਼ਮਾਂ, ਜਾਂ ਤੁਸੀਂ ਤਾਜ ਮਹਿਲ ਦੇਖੋ, ਤਾਜ ਮਹਿਲ ਨੂੰ ਅਸੀਂ ਪੂਜ ਕਹਿੰਦੇ ਹਾਂ ਵੀ ਕਿਆ ਜੀ ਸ਼ਾਹਜਹਾਂ ਨੇ, ਇੱਕ ਸ਼ਹਿਨਸ਼ਾਹ ਨੇ ਬਣਾ ਕੇ ਅਸੀਂ ਤਾਜ ਮਹਿਲ, ਸਾਰੀ ਦੁਨੀਆ ਕੋ ਮੁਹੱਬਤ ਕੀ ਨਿਸ਼ਾਨੀ ਦੀ। ਲੇਕਿਨ ਉਤਾਰਿਆਂ ਦੇ ਸੱਚ ਮੈਂ ਲਿਖਿਆ, ਮੋਹਨ ਸਿੰਘ ਜਦ ਦੱਸਦੇ ਆ ਰੋਂਦੇ ਆ ਕਿ ਜਦੋਂ ਮੈਂ ਦੇਖਣ ਗਿਆ ਤਾਜ ਮਹਿਲ ਤਾਂ ਮੈਨੂੰ ਤਾਜ ਮਹਿਲ ਕੀ ਲੱਗਦਾ, ਸੁਪਨਾ ਸੁਪਨਾ ਉਹਨਾਂ ਦਾ, ਫਿਰ ਅਲਸਾਈਆਂ ਨਸ਼ਿਆਈਆਂ ਅੱਖੀਆਂ ਗੁੰਬਦ ਦੇ ਦੁਆਲੇ ਫਿਰ ਰਹੀਆਂ ਨੇ, ਪਰਿਕਰਮਾ ਕਰ ਰਹੀਆਂ ਨੇ, ਇੰਨੇ ਨੂੰ ਗੁੰਬਦ ਦਾ ਆਂਡਾ ਟੋਟੇ ਟੋਟੇ ਹੋਇਆ, ਚੀਕਾਂ ਕੂਕਾਂ ਅਤੇ ਫਰਿਆਦਾਂ ਜਾ ਅੰਬਰ ਨੂੰ ਛੋਇਆ, ਹੜ ਮਜ਼ਦੂਰਨੀਆਂ ਦਾ ਵਗਿਆ ਨਾਲ ਮਜ਼ਦੂਰ ਹਜ਼ਾਰਾਂ, ਦੁੱਧੀਆਂ ਨਾਲ ਪਲਮ ਦੇ ਬੱਚੇ ਕੰਮੀ ਰੁੱਧੀਆਂ ਮਾਵਾਂ, ਫਿਰ ਵੀ ਕੰਮ ਕਰਾਉਣ ਵਾਲੇ ਮਾਰ ਮਾਰ ਕੇ ਛਾਂਟਾਂ, ਪਾਈ ਜਾਵਣ ਮਜ਼ਲੂਮਾਂ ਦੇ ਪਿੰਡਿਆਂ 'ਤੇ ਸਲਾਟਾਂ। ਸੋ ਉਹ ਕਹਿੰਦੇ ਨੇ ਵੀ ਇਹ ਤਾਂ ਲਹੂ ਦੇ, ਗਰੀਬਾਂ ਦੇ ਲਹੂ ਦੀ ਮਿਹਨਤ ਨਾਲ ਬਣਿਆ ਤਾਜ ਮਹਿਲ, ਕਿਹਨੇ ਬਣਾਇਆ? ਕਹਿੰਦਾ ਮੈਂ ਉਸ ਤਾਜ ਮਹਿਲ ਨੂੰ, ਮੈਨੂੰ ਉਹ ਤਾਜ ਮਹਿਲ ਨਹੀਂ ਚਾਹੀਦਾ। ਸੋ ਇਹ ਜਿਹੜੇ ਸਾਡੇ ਅੱਜ ਦੇ ਨੌਜਵਾਨ ਨੇ, ਉਹਨਾਂ ਨੂੰ ਆਪਣੇ ਪਿਛੋਕੜ ਬਾਰੇ, ਸ਼ਾਇਰੀ ਕੀ ਹੁੰਦੀ ਹੈ, ਸ਼ਾਇਰੀ ਕੀ ਹੁੰਦੀ ਹੈ, ਜਿਹੜੇ ਮੁੰਡੇ ਕੁੜੀਆਂ ਲਿਖਦੇ ਨੇ, ਅੱਜ ਕੱਲ੍ਹ ਦੀ ਸ਼ਾਇਰੀ ਕੀ ਹੈਗੀ ਹੈ, ਪ੍ਰੋਜ਼ ਲਿਖ ਲਈ ਵਰਕਾਂ ਵਿੱਚੋਂ ਪਾੜਤਾ, ਕਹਿੰਦੇ ਜੀ ਦੋ ਕਵਿਤਾ ਹੋ ਗਈਆਂ, ਜੇ ਖੁੱਲ੍ਹੀ ਕਵਿਤਾ ਵੀ ਹੈ, ਖੁੱਲ੍ਹੀ ਕਵਿਤਾ ਦੇ ਵਿੱਚ ਵੀ ਤੋਲ ਤੁਕਾਂ ਵੀ ਅੰਤਰ ਧੁਨੀ ਹੈ, ਇੱਕ ਅੰਤਰ ਧੁਨੀ ਵਗਦੀ ਹੈ ਖੁੱਲ ਉਹਦੀ। ਪੂਰਨ ਸਿੰਘ ਦੀ ਕਵਿਤਾ ਦੇਖੋ, ਪ੍ਰੋਫੈਸਰ ਪੂਰਨ ਸਿੰਘ ਦੀ, ਆ ਭਰਾਵਾ ਰਾਂਝੇ ਆ ਭੈਣੇ ਹੀਰੇ, ਸਾਨੂੰ ਛੋੜ ਨਾ ਜਾਵੋ ਬਿੰਦੂ ਦਸੀ ਸੱਖਣੇ, ਬਿਲਕੁਲ ਖੁੱਲ੍ਹੀ ਹੈ ਉਹਦੀਆਂ ਕਿਤਾਬਾਂ ਸਾਰੀਆਂ, ਖੁੱਲ੍ਹੀ ਲੇਖ, ਖੁੱਲ੍ਹੇ ਕੁੰਡ, ਸਾਰੀਆਂ ਕਿਤਾਬਾਂ ਇੱਦਾਂ ਹੀ ਨੇ। ਤੁਸੀਂ ਵੀਰ ਸਿੰਘ ਨੂੰ, ਭਾਈ ਵੀਰ ਸਿੰਘ ਨੂੰ ਪੜ੍ਹਦੇ ਹੋ, ਕਿਆ ਬਾਤ ਹੈ, ਹਾਏ ਨਾ ਤਰੀਕ ਸਾਨੂੰ, ਹਾਏ ਵੇ ਨਾ ਮਾਰ ਖਿੱਚਾਂ, ਕੇਲੋਂ ਦੇ ਗਲ ਲੱਗੀ ਵੇਲ, ਕੇਲੋਂ ਦਾ ਦਰਖਤ ਹੈ ਉਹਦੇ ਨਾਲ ਵੇਲ ਲੱਗੀ ਹੈ, ਆਹ ਜਿਹੜੀ ਆਉਂਦਾ ਉਹਨੂੰ ਤੋੜ ਕੇ ਆਪਣੀਆਂ ਬੱਕਰੀਆਂ ਨੂੰ ਪਾ ਦਿਆਂ, ਉਹ ਵੇਲ ਕੁਰਲਾਉਂਦੀ ਹੈ, ਹਾਏ ਨਾ ਤਰੀਕ ਸਾਨੂੰ, ਹਾਏ ਵੇ ਨਾ ਮਾਰ ਖਿੱਚਾਂ, ਹਾਏ ਨਾ ਵਿਛੋੜ ਗਲ ਲੱਗਿਆ ਨੂੰ ਪਾਪੀਆ, ਪਿਆਰੇ ਨਾ ਵਿਛੋੜੀਏ ਵੇ, ਮਿਲੇ ਨਾ ਨਖੇੜੀਏ ਵੇ, ਆਸਰੇ ਨਾ ਤੋੜੀਏ, ਐਵੇਂ ਪਾੜੀਏ ਨਾ ਜੋੜੀਆਂ। ਕਿ ਇਹ ਵੇਲ 'ਤੇ ਲਾਉਂਦਾ ਲਾਉਂਦਾ ਸ਼ਾਇਰ ਸਾਰਿਆਂ ਨੂੰ ਕਹਿ ਗਿਆ ਵੀ ਦੋ ਮਿਲੇ ਹੋਏ ਵਿੱਚ ਕਦੀ ਨਾ ਵਿਛੋੜੀਏ, ਕਿਸੇ ਦਾ ਆਸਰਾ ਸਹਾਰਾ ਹੋਵੇ ਉਹਨੂੰ ਨਾ ਤੋੜੀਏ। ਸੋ ਇਹ ਇਸ ਕਿਸਮ ਦੀਆਂ ਨਜ਼ਮਾਂ, ਇਹ ਇਹ ਮਤਲਬ ਮੈਨੂੰ ਪ੍ਰੇਰਿਆ ਇਹ ਪ੍ਰੋਫੈਸਰ ਮੋਹਨ ਸਿੰਘ ਨੇ। ਪਿਆਰ ਦੀਆਂ ਕਵਿਤਾਵਾਂ ਜਾਂ ਕਹਿ ਲਈਏ ਅੰਮ੍ਰਿਤਾ ਪ੍ਰੀਤਮ ਨੂੰ ਪੜ੍ਹਦੇ ਪੜ੍ਹਦੇ ਮਨਜੀਤ ਇੰਦਰਾ ਕਦੋਂ ਇੰਨੇ ਬੇਬਾਕ ਹੋ ਜਾਂਦੇ ਨੇ, ਕਦੋਂ ਲੱਗਦਾ ਹੈ ਕਿ ਮਤਲਬ
ਕਿਉਂਕਿ ਮਨਜੀਤ ਇੰਦਰਾ ਦਾ ਜਦੋਂ ਨਾਮ ਸੁਣਦੇ ਹਾਂ ਤਾਂ ਕਹਿੰਦੇ ਬੜੇ ਬੇਬਾਕ ਲੇਖਕ ਨੇ। ਦੇਖੋ ਕੋਈ ਜੰਮਦਾ ਨਹੀਂ ਹੁੰਦਾ ਇਸ ਤਰ੍ਹਾਂ ਨਾਲ, ਬਿਲਕੁਲ। ਇਸ ਸਮਾਜ ਨੇ ਮੈਨੂੰ ਬੜਾ ਕੁਛ ਦਿੱਤਾ ਜੀ, ਮੈਂ ਧੰਨਵਾਦੀ ਹਾਂ ਉਸ ਰੱਬ ਦਾ, ਸ਼ੁਕਰਾਨਾ ਕਰਦੀ ਹਾਂ ਕਿ ਮੈਨੂੰ ਇੰਨੇ ਸੁੰਦਰ ਇੰਨੇ ਸੋਹਣੇ ਮਾਪਿਆਂ ਦੇ ਘਰ ਪੈਦਾ ਕੀਤਾ, ਜਿਹਨੂੰ ਇੰਨੀ ਸੋਹਣੀ ਮਾਂ ਅਤੇ ਵਿਸ਼ਾਲ ਹਿਰਦੇ ਵਾਲਾ ਮੇਰਾ ਪਿਤਾ ਦਿੱਤਾ, ਮੈਨੂੰ ਮੇਰਾ ਇੱਕ ਭਰਾ ਦਿੱਤਾ, ਮੇਰੇ ਮੇਰੀ ਭੈਣ ਵੀ ਹੈ, ਬੰਬੇ ਵਿਆਹੀ ਹੋਈ ਹੈ, ਇੰਡਸਟਰੀਸਟ ਨਾਲ ਵਿਆਹੀ ਹੋਈ ਹੈ, ਤਕੜਾ ਬਹੁਤ ਪੜ੍ਹੀ ਲਿਖੀ ਹੈ। ਇੱਕ ਮੇਰਾ ਭਰਾ ਹੈ ਇੰਜੀਨੀਅਰ ਹੈ, ਪਰ ਕੋਈ ਸ਼ੌਕ ਨਹੀਂ, ਮੇਰੇ ਭਰਾ ਨੂੰ ਤਾਂ ਬਿਲਕੁਲ ਸ਼ੌਕ ਨਹੀਂ। ਜਦੋਂ ਮੈਂ ਉਹਦੇ ਸਕੂਲ ਜਾਣਾ ਅਤੇ ਉਹਨਾਂ ਨੇ ਕਹਿਣਾ ਮੈਨੂੰ ਕਵਿਤਾ ਮੈਂ ਸੁਣਾਉਣੀ ਆਪਣੀ, ਅਤੇ ਮੇਰੀ ਬੀਜੀ ਨੂੰ ਘਰ ਆਖਣ ਬੀਜੀ ਇਹਨੂੰ ਮੇਰੇ ਸਕੂਲ ਨਾਲ ਭੇਜਿਆ ਕਰੋ, ਮੂੰਹ ਚੁੱਕ ਕੇ ਗਾਉਣ ਲੱਗ ਜਾਂਦੀ ਹੈ। ਸੋ ਜਿਹੜਾ ਮੇਰੇ ਤੋਂ ਮੇਰੇ ਤੋਂ 16 ਸਾਲ ਬਾਅਦ ਜਿਹੜਾ ਮੇਰਾ ਭਰਾ ਜੰਮਿਆ, ਜਿਹਦੀ ਤਵੱਕੋ ਮੇਰੇ ਮਾਪਿਆਂ ਨੂੰ ਵੀ ਨਹੀਂ ਸੀ, ਕਹਿੰਦੇ ਅਨਵਾਂਟਿਡ ਚਾਈਲਡ ਆ ਰਿਹਾ ਹੈ। ਇੱਕ ਵਾਰ ਮੇਰੀ ਮਾਂ ਕਹਿੰਦੀ ਮੈਂ ਸੋਚਿਆ ਹੁਣ ਨਾ ਪੱਥਰ ਜੰਮੂਗਾ, ਮੈਂ ਕਿਹਾ ਹੋਲਡ ਔਨ, ਮੈਂ ਪੱਥਰ ਸੀ? ਨਹੀਂ 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 ਨਹੀਂ, ਮੇਰਾ ਮਤਲਬ ਤਾਂ ਬੁੱਢੇ ਵਾਰੇ ਨਿਆਣਾ ਜੰਮੂਗਾ ਆਪੋ। ਚਲੋ ਉਹ ਸ਼ਾਇਦ ਮੇਰੀ ਮਾਂ ਦੀ ਉਹਦੇ ਵਾਹਿਗੁਰੂ ਨੇ ਅਰਦਾਸ ਸੁਣ ਲਈ। ਤੋ ਇਹ ਸ਼ੁਰੂ ਤੋਂ ਹੀ ਜੰਮਦਿਆਂ ਹੀ ਜਿਵੇਂ ਰੱਬ ਨੇ ਕਹਿ ਕੇ ਭੇਜਿਆ ਸੀ ਵੀ ਭਾਈ ਤੂੰ ਤੇਰਾ ਹੀ ਜੰਮਿਆ, ਜੰਮਣ ਵਾਲੀ ਮਾਂ ਸੀ ਅਤੇ ਪਾਲਣ ਵਾਲੀ ਤਾਂ ਮੈਂ ਹੀ ਸੀ। ਮੈਂ ਆਪਣੇ ਪੁੱਤਰਾਂ ਵਾਂਗੂ ਪਾਲਿਆ ਉਸਨੂੰ, ਜਿਹਦੇ ਜਿਹੜਾ ਜਿਹਦਾ ਸਹਾਰਾ ਮੈਨੂੰ ਮੇਰੇ ਪਿਓ ਵਰਗਾ ਵੀ ਲਿਖ ਰਿਹਾ, ਜਿਹੜਾ ਮੇਰਾ ਸਭ ਤੋਂ ਨਜ਼ਦੀਕ, ਜਿਹੜਾ ਮੇਰੇ ਅੰਦਰ ਝਾਕ ਸਕਦਾ ਸੀ, ਔਰ ਇੱਕ ਵਿਦਵਾਨ ਜਿਹਦੇ ਨਾਲ ਮੈਂ ਲਿਟਰੇਚਰ ਦੀਆਂ ਗੱਲਾਂ ਕਰਦੀ ਹਾਂ। ਮੈਂ ਆਪਣੇ ਪਿਤਾ ਤੋਂ ਬਾਅਦ, ਸੋ ਖੈਰ ਜਦੋਂ ਇੱਥੇ ਆਉਣੀ ਉਹ ਵੱਡੇ ਹੁੰਦੇ ਹੈ, ਕਵਿਤਾ ਪੜ੍ਹਦੇ ਹੈ, ਜਿਹੜਾ ਵੀ ਕੋਈ ਹੈ ਨਾ ਉਹ ਤੁਹਾਨੂੰ ਇਸ ਤਰ੍ਹਾਂ ਨਾਲ ਦੇਖਦਾ ਵੀ ਜਿਵੇਂ ਵੀ ਉਹਨੇ ਖਾਈ ਜਾਣਾ। ਇਹ ਵੀ ਠੀਕ ਹੈ ਕਿ ਮੈਂ ਸ਼ੁਰੂ ਤੋਂ ਇਸ ਤਰ੍ਹਾਂ ਮਤਲਬ ਮੁੰਡਿਆਂ ਵਾਂਗੂ ਮੇਰਾ ਪਾਲਣ ਪੋਸ਼ਣ ਹੋਇਆ, ਜਦੋਂ ਕਿ ਕੁੜੀਆਂ ਦਾ ਨਹੀਂ ਹੋਣਾ ਚਾਹੀਦਾ, ਕੁੜੀਆਂ ਨੂੰ ਕੁੜੀਆਂ ਵਾਂਗੂ ਹੀ ਪਾਲਿਆ ਜਾਣਾ ਚਾਹੀਦਾ, ਜਿਹੜੀਆਂ ਥੋੜ੍ਹੀਆਂ ਜੀਆਂ ਮਤਲਬ ਕੋਮਲ ਹੋਣ, ਸ਼ਰਮਾਉਂਦੀਆਂ ਸ਼ਰਮਾਉਂਦੀਆਂ ਜਾਂ ਹੋਣ, ਉਹ ਥੋੜ੍ਹਾ ਜਿਹਾ ਲਜਾਉਂਦੀਆਂ ਹੋਣ ਥੋੜ੍ਹਾ, ਮੇਰੇ 'ਚ ਇਹ ਗੱਲ ਸ਼ੁਰੂ ਤੋਂ ਨਹੀਂ ਰਹੀ। ਪਾਪਾ ਨੇ ਕਹਿਣਾ ਅੱਛਾ ਹੱਥ ਮਿਲਾ ਕੇ ਮਿਲ ਕੁੜੇ। ਇੱਕ ਵਾਰੀ ਮੇਰੇ ਨਾਨਾ ਜੀ ਨੂੰ ਕਹਿੰਦੇ ਅੱਗੇ ਕੋਲ ਗਏ ਅਸੀਂ ਘਰ, ਕੁੜੇ ਤੂੰ ਬਾਊ ਜੀ ਦੇ ਪੈਰੀਂ ਹੱਥ ਲਾ। ਮੇਰੇ ਨਾਨਾ ਜੀ ਕਹਿੰਦੇ ਕਲਸੀ ਕੁੜੀਆਂ ਪੈਰੀਂ ਹੱਥ ਨਹੀਂ ਲਾਉਂਦੀਆਂ ਹੁੰਦੀਆਂ, ਕੁੜੀਆਂ ਨਹੀਂ ਪੈਰੀਂ ਹੱਥ ਲਾਉਂਦੀਆਂ ਹੁੰਦੀਆਂ। ਸੋ ਮੇਰੇ ਪਿਤਾ ਨੂੰ ਮਤਲਬ ਮੇਰੇ 'ਚ ਉਹ ਮੁੰਡਾ ਹੀ ਦੇਖ ਰਹੇ ਆ। ਦਸਵੀਂ ਤੱਕ ਮੈਂ ਆਪਣੇ ਫਾਦਰ ਨਾਲ ਸੌਂਦੀ ਹੁੰਦੀ ਸੀ, ਹੁਣ ਤੁਸੀਂ ਸੋਚ। ਨਹੀਂ ਤਾਂ ਕੁੜੀਆਂ ਦੀ ਇੱਕ ਚੇਂਪ ਹੁੰਦੀ ਹੈ, ਉਹ ਚੇਂਪ ਮੇਰੀ ਮਾਂ ਨਾਲ ਸੀ ਮੇਰੀ, ਇਹ ਨਹੀਂ ਸੀ ਮੈਂ ਮਾਂ ਨੂੰ ਪਿਆਰ ਨਹੀਂ ਸੀ ਕਰਦੀ। ਸੋ ਮਾਂ ਤੋਂ ਝਿੜਕ ਖਾਣੀ, ਉਹ ਇੱਕ ਕਹਾਣੀ ਇੱਕ ਮੈਂ ਹੁਣ ਵੀ ਹੁਣੇ ਵੀ ਸੁਣਾਉਂਦੀ ਸੀ ਕਿ ਮਾਂ ਦੀ ਚਪੇੜ ਮੈਨੂੰ ਜ਼ਿੰਦਗੀ ਭਰ ਨਹੀਂ ਭੁੱਲਣੀ,
ਬੀਜੀ ਕਹਿੰਦੇ ਜਦੋਂ ਮੇਰੇ ਕੋਲ ਜਨਾਨੀਆਂ ਬੈਠੀਆਂ ਹੋਇਆ ਕਰਨ ਤਾਂ ਤੂੰ ਵਿੱਚ ਕੁੜੀਆਂ ਨਹੀਂ ਵਿੱਚ ਬਹਿੰਦੀਆਂ ਹੁੰਦੀਆਂ। ਤਾਂ ਮੇਰੇ ਦਿਮਾਗ 'ਚ ਸਵਾਲ ਆਇਆ ਵੀ ਕੁੜੀਆਂ ਕਿਉਂ ਨਹੀਂ ਬਹਿੰਦੀਆਂ ਹੁੰਦੀਆਂ। ਆਪਾਂ ਬਹਿ ਗਏ, ਬੀਜੀ ਨੇ ਅੱਖਰ ਨਾਲ ਦੋ ਵਾਰ ਇਸ਼ਾਰਾ ਕੀਤਾ ਵੀ ਤੂੰ ਉੱਠ ਜਾ ਇੱਥੋਂ। ਆਪਾਂ ਨਹੀਂ ਉੱਠੇ, ਵੀਰੀ ਚੁੱਪ ਕਰਕੇ ਅੰਦਰ ਗਏ, ਮੈਨੂੰ ਹਾਕ ਮਾਰੀ ਅਤੇ ਮੇਰੇ ਥੱਪੜ ਕੀਤਾ ਰਸੀਦ ਬਾਹਰ। ਆਪਾਂ ਗੱਲ ਫੜ ਕੇ ਬੈਠ ਖੜ੍ਹੇ ਹਾਂ, ਨਾ ਸਾਹ ਬਾਹਰ ਨਿਕਲਦਾ ਅਤੇ ਨਾ ਸਾਹ ਅੰਦਰ ਹੈ, ਅੱਖਾਂ ਭਰੀਆਂ ਆ ਅੱਥਰੂਆਂ ਦੇ ਨਾਲ। ਪਾਪਾ ਆਏ ਅਤੇ ਮੈਨੂੰ ਆਪਣੇ ਗਲਵੱਕੜੀ ਪਾਈ, ਫਿਰ ਹੋ ਗਿਆ ਨਾ, ਕਹਿਣਾ ਮੰਨਣਾ ਸੀ ਬੀਬੀ ਦਾ, ਨਹੀਂ ਮੰਨਿਆ ਨਾ, ਚੱਲ ਕੋਈ ਨਹੀਂ ਆ ਜਾ। ਸੋ ਜੋ ਮਾਂ ਦਾ ਹੋਣਾ ਚਾਹੀਦਾ ਸੀ ਉਹ ਪਿਤਾ ਦਾ, ਜੋ ਪਿਤਾ ਦਾ ਬਿਹੇਵ ਹੋਣਾ ਚਾਹੀਦਾ ਸੀ ਉਹ ਮਾਂ ਦਾ। ਮੇਰੀ ਭੈਣ ਮੇਰੀ ਮਾਂ ਦੇ ਜ਼ਿਆਦਾ ਲਾਗੇ ਸੀ, ਮੈਂ ਮੇਰੇ ਇਸ ਭਰਾ ਦੇ ਲਾਗੇ ਸੀ। ਮੇਰਾ ਭਰਾ ਵੀ ਮਾਂ ਦਾ ਹੀ ਚਮਚਾ ਸੀ। ਤੋ ਇਹ ਜਿਹੜੀ ਹੈਗੀ ਹੈ ਕਿ ਮੈਂ ਆਪਣੀ ਕਵਿਤਾ ਲਿਖਦੀ ਸੀ ਅਤੇ ਆਪਣੇ ਭਰਾ ਨੂੰ ਸੁਣਾਉਂਦੀ ਸੀ। ਜਿਹੜੀ ਤੁਸੀਂ ਬੋਲਡ ਹੋਣ ਦੀ ਗੱਲ ਕਹਿੰਦੇ ਹੋ ਜੀ, ਇਹ ਤੁਹਾਨੂੰ ਤੁਹਾਡਾ ਜਿਹੜਾ ਆਲਾ ਦੁਆਲਾ ਹੈਗਾ ਉਹ ਤੁਹਾਨੂੰ ਸਿਖਾਉਂਦਾ ਹੈ ਜੀ। ਆਲਾ ਦੁਆਲਾ ਤੁਹਾਡਾ ਬਹੁਤ ਵੱਡਾ ਅਧਿਆਪਕ ਹੈ ਜੀ। ਹਾਂ ਇਹ ਵੀ ਹੈ ਕਿ ਕਿਤੇ ਉਹ ਆਲਾ ਦੁਆਲਾ ਤੁਹਾਨੂੰ ਥੜਕਾ ਵੀ ਸਕਦਾ, ਤੁਹਾਡੇ ਪੈਰ ਅਸਾਵੇਂ ਵੀ ਹੋ ਸਕਦੇ ਆ। ਮੇਰੇ ਆਲੇ ਦੁਆਲੇ ਮੇਰੇ ਕੁੜੀਆਂ ਤੋਂ ਘੱਟ ਮਰਦਾਂ ਦਾ ਮੇਰਾ ਰਿਹਾ, ਮੇਰੇ ਦੋਸਤ ਵੀ ਮਰਦ ਰਹੇ। ਜਿਵੇਂ ਸ਼ਿਵ ਸਿੰਘ ਆਰਟਿਸਟ ਚੰਡੀਗੜ੍ਹ, ਤੁਸੀਂ ਜਾਣਦੇ ਹੋ, ਕਾਲੇ ਕੱਪੜੇ ਪਾਉਂਦਾ ਸੀ ਸ਼ਿਵ ਸਿੰਘ ਆਰਟਿਸਟ, ਜਿਹਦੀਆਂ ਕਿੰਨੀਆਂ ਲੱਗੀਆਂ ਹੋਈਆਂ, ਤੁਸੀਂ ਜਿੰਨੇ ਸਰਕਾਰੀ ਦਫ਼ਤਰ ਜਾਂ ਹੋਟਲਸ ਵਿੱਚ ਜਾਂਦੇ ਹੋ, ਬ੍ਰਾਈਟ ਕਲਰ ਦੀਆਂ ਪੇਂਟਿੰਗਸ ਨੇ, ਜਾਂ ਲੇਅਰ ਵੈਲੀ 'ਚ ਵਿੱਚ ਜਿਹੜਾ ਲੋਹੇ ਦਾ ਮੋੜ ਕੇ ਇਸ ਤਰ੍ਹਾਂ ਲਾਇਆ ਹੋਇਆ, ਕਿਸਾਨ ਭਵਨ ਦੇ ਵਿੱਚ ਤੁਸੀਂ ਦੇਖੋ ਬਾਹਰ ਜਿਹੜਾ ਬਣਿਆ ਹੋਇਆ, ਜਿਹੜਾ 17 ਸੈਕਟਰ ਵਾਲਾ ਚੌਂਕ ਬਣਿਆ, ਉਹ ਰੰਧਾਵਾ ਸਾਹਿਬ ਦੇ ਨੇੜੇ ਰਿਹਾ। ਅਤੇ ਮੇਰੇ ਤੋਂ ਉਹ ਮੇਰੇ ਨਾਲੋਂ ਵੱਡੇ ਸੀ ਬਹੁਤ, ਅਤੇ ਉਹਨਾਂ ਮੇਰੇ ਨਾਨਕਿਆਂ ਦੇ ਨਾਲ ਉਹਨਾਂ ਦਾ ਪਿੰਡ ਸੀ। ਤਾਂ ਉਹ ਕਹਿੰਦੇ ਵੀ ਮੈਂ ਇਹ ਘਰ ਲੰਘ ਕੇ ਜਾਂਦਾ ਹੁੰਦਾ ਸੀ ਸਕੂਲ ਪੜ੍ਹਨ ਵਾਸਤੇ, ਮੇਰੇ ਮਾਮਿਆਂ ਦਾ ਜੂਨੀਅਰ ਸੀ ਉਹ, ਅਤੇ ਕਹਿੰਦੇ ਵੀ ਮੈਨੂੰ ਰੱਬ ਮੈਨੂੰ ਪਤਾ ਸੀਗਾ ਵੀ ਇੱਥੇ ਇਸ ਘਰ 'ਚ ਕੇ ਕੁੜੀ ਜੰਮੂਗੀ ਜਿਹਦੀ ਕਿਤਾਬ ਮੈਂ ਇਲਸਟ੍ਰੇਟ ਕਰੂੰਗਾ। ਅੱਛਾ। ਤੋ ਮੇਰੀਆਂ ਕਿਤਾਬਾਂ ਸ਼ਿਵ ਸਿੰਘ ਨੇ ਇਲਸਟ੍ਰੇਟ ਕੀਤੀਆਂ, ਟਾਈਟਲਸ ਵੀ ਬਣਾਏ। ਮੇਰਾ ਬਹੁਤ ਵਧੀਆ ਦੋਸਤ ਰਿਹਾ। ਲੋਕਾਂ ਨੇ ਨਾਂ ਜੋੜਨੇ ਸ਼ੁਰੂ ਕਰ ਦਿੰਦੇ ਆ। ਵੈਸੇ ਤਾਂ ਇਹ ਹੈ ਕਿ ਕੋਈ ਭਰਾ ਨਾਲ ਪਿਓ ਨਾਲ ਵੀ ਜਾਂਦੀ ਹੋਵੇ ਕੁੜੀ, ਕਿਸੇ ਨੇ ਇਹ ਨਹੀਂ ਦੇਖਣਾ ਵੀ ਰਿਸ਼ਤਾ ਨਹੀਂ ਦੇਖਣਾ ਹੁੰਦਾ, ਉਹ ਨਾ ਹੀ ਜੋੜਦੇ ਨੇ ਵੀ ਟੋਟਾ ਜਾਂਦਾ।